ਧੰਨ ਵਾਹਿਗੁਰੂ ਸਾਹਿਬ ਜੀ। ਤਰਜੀਅੜੇ ਇੱਕ ਟੇਕ ਤੂੰ ਲਾਹ ਬਡਾਣੀ ਆਸ, ਨਾਨਕ ਨਾਮ ਤੇ ਆਈਐ ਕਾਰਜ ਆਵੈ ਰਾਸ, ਕਾਰਜ ਆਵੈ ਰਾਸ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਮਿਲ ਕੇ ਬੈਠੇ ਅਤਿ ਸਨਮਾਨਯੋਗ ਸਤਸੰਗੀ ਜਨੋ, ਆਓ ਸਭ ਤੋਂ ਪਹਿਲਾਂ ਗੁਰੂ ਮਰਿਆਦਾ ਨੂੰ ਮੁੱਖ ਰੱਖ ਕੇ ਫਤਿਹ ਨਾਲ ਸਾਂਝ ਪਾਈਏ। ਕੋਈ ਵੀ ਰਸਣਾ ਬਾਂਝੀ ਨਾ ਰਹੇ, ਇੱਕੇ ਵਾਰ ਕਹਿਣ 'ਤੇ ਗੱਜ ਕੇ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦਾ ਅਪਾਰ ਕਿਰਪਾ ਦੇ ਸਦਕਾ ਤੁਸੀਂ ਸਾਰੇ ਇਸ ਇੱਕ ਬਾਣੀ ਚੈਨਲ ਦੇ ਮਾਧਿਅਮ ਦੇ ਦੁਆਰਾ ਹਰ ਰੋਜ਼ ਨਿੱਤਾ ਪ੍ਰਤੀ ਆਪਣੇ ਘਰ ਦੇ ਵਿੱਚ ਬੈਠ ਕੇ ਜਿੱਥੇ ਗੁਰਬਾਣੀ ਲਾਹੀ ਕੀਰਤਨ ਸ਼ਬਦ ਵਿਚਾਰ ਸਿੱਖ ਇਤਿਹਾਸ ਨਾਲ ਸੰਬੰਧਿਤ ਸਾਧਸੰਗਤ, ਜਿਹੜੇ ਤੁਸੀਂ ਆ ਪ੍ਰੋਗਰਾਮ ਆਪਣੇ ਘਰਾਂ ਦੇ ਵਿੱਚ ਬੈਠ ਕੇ ਸ਼ਰਵਣ ਕਰਦੇ ਹੋ, ਉੱਥੇ ਨਾਲ ਹੀ ਨਾਲ ਜਦੋਂ ਵੀ ਕੋਈ ਇਤਿਹਾਸਿਕ ਦਿਨ ਆਉਂਦਾ ਹੈ, ਬੜਾ ਵਧੀਆ ਇਹਨਾਂ ਦਾ ਇੱਕ ਉਪਰਾਲਾ ਹੁੰਦਾ ਚੱਲਣ ਵਾਲਿਆਂ ਦਾ, ਬਈ ਉਸ ਦਿਨ ਦੇ ਪ੍ਰਥਾਈ ਜੋ ਉਹਦਾ ਇਤਿਹਾਸ ਹੈ ਉਹ ਸੰਗਤ ਦੇ ਨਾਲ ਸਾਂਝਾ ਕੀਤਾ ਜਾਵੇ, ਤਾਂ ਕਿ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ, ਆਉਣ ਵਾਲੀ ਪਨੀਰੀ ਜਿਹੜੀ ਹੈ ਉਹ ਆਪਣੇ ਇਤਿਹਾਸ ਤੋਂ ਵਾਕਫ ਹੋਵੇ। ਕਿਉਂਕਿ ਇਤਿਹਾਸ ਕੌਮਾਂ ਦੀ ਜਿੰਦ ਹੋਇਆ ਕਰਦੀ ਹੈ, ਸਤਸੰਗਤ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਇਆ ਕਰਦੀਆਂ ਨੇ ਉਹ ਦੁਨੀਆ ਦੇ ਵਿੱਚ ਬਹੁਤ ਲੰਬਾ ਸਮਾਂ ਜਿਹੜੀਆਂ ਨੇ ਜੀਵਿਤ ਨਹੀਂ ਰਹਿ ਸਕਦੀਆਂ। ਇਸ ਕਰਕੇ ਵੱਧ ਤੋਂ ਵੱਧ ਜਿਹੜਾ ਇਤਿਹਾਸ ਆਪਣੇ ਬੱਚਿਆਂ ਨੂੰ ਅਸੀਂ ਦੱਸੀਏ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚੇ ਆਪਣੇ ਗੁਰਮਈ ਵਿਰਸੇ ਨੂੰ ਜਿਹੜੇ ਨੇ ਉਹਦੇ ਤੋਂ ਜਾਣੂ ਹੋਣ। ਸੋ ਇਸੇ ਸੰਬੰਧ ਵਿੱਚ ਸਤਸੰਗਤ, ਕਿਉਂਕਿ ਜਿਹੜਾ ਤਿਉਹਾਰ ਹੁਣ ਆਉਣ ਵਾਲਾ, ਵੈਸੇ ਤਾਂ ਤਿਉਹਾਰ ਜਿੰਨੇ ਵੀ ਸਨ ਇਹ ਸਾਰੇ ਦੇ ਸਾਰੇ ਕਿਸੇ ਨਾ ਕਿਸੇ ਧਰਮ ਦੇ ਨਾਲ ਸੰਬੰਧਿਤ ਸਨ। ਹਰ ਇੱਕ ਤਿਉਹਾਰ ਧਰਮ ਦੇ ਨਾਲ ਸੰਬੰਧਿਤ ਹੈ, ਪਰ ਜਿਉਂ ਜਿਉਂ ਸਮਾਂ ਐਡਵਾਂਸ ਹੁੰਦਾ ਰਿਹਾ ਅਸੀਂ ਵੀ ਇਹਨੂੰ ਇਹਦੇ ਵਿੱਚ ਰਲਗੜ ਹੋ ਗਈ, ਇਹ ਸਾਰੇ ਆਪਸ ਦੇ ਵਿੱਚ ਜਿਹੜੇ ਨੇ ਮਿਕਸ ਹੋ ਗਏ। ਇਸ ਕਰਕੇ ਕੋਈ ਤਿਉਹਾਰ ਉਹਦਾ ਪਿਛੋਕੜ ਕੀ ਸੀ, ਉਹ ਕਿਉਂ ਬਣਾਇਆ ਜਾਂਦਾ ਸੀ, ਅਤੇ ਇਹਦੇ ਉੱਤੇ ਨਾ ਬਹੁਤੀਆਂ ਵਿਚਾਰਾਂ ਹੋ ਸਕੀਆਂ ਅਤੇ ਨਾ ਉਸ ਕੰਸੈਪਟ ਨੂੰ ਅਸੀਂ ਸਮਝ ਸਕੇ। ਇਸੇ ਤਰ੍ਹਾਂ ਹੀ ਹੁਣ ਆਉਣ ਵਾਲਾ ਜਿਹੜਾ ਤਿਉਹਾਰ ਜਿਹਨੂੰ ਹੋਲੀ, ਇਹ ਹੋਲੀ ਦਾ ਇੱਕ ਤਿਉਹਾਰ ਜਿਹੜਾ ਆਉਣ ਵਾਲਾ ਹੈ। ਸੋ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਹੋਲੀ ਦੇ ਤਿਉਹਾਰ ਦੀ ਥਾਂ 'ਤੇ ਸਿੱਖਾਂ ਨੂੰ ਜੋ ਵਿਰਸੇ ਦੇ ਵਿੱਚ ਇੱਕ ਹੋਲਾ ਮਹੱਲਾ, ਇੱਕ ਇਹੋ ਜਿਹਾ ਮਹਾਨ ਲਾਸਾਨੀ ਵਿਰਸਾ ਸਾਡਾ ਜਿਹੜਾ ਸੀ, ਸਤਿਗੁਰੂ ਨੇ ਉਸ ਹੋਲੀ ਨੂੰ ਕਨਵਰਟ ਕਰਕੇ ਹੋਲੇ ਮਹੱਲੇ ਦੇ ਵਿੱਚ ਤਬਦੀਲ ਕਰਕੇ ਜੋ ਸਾਨੂੰ ਦੇਣ ਦਿੱਤੀ ਹੈ, ਇਸ ਹੋਲੇ ਮਹੱਲੇ ਦੇ ਨਾਲ ਸੰਬੰਧਿਤ ਆਪ ਜੀ ਦੇ ਨਾਲ ਅੱਜ ਵਿਚਾਰਾਂ ਕਰਨ ਦਾ ਹੁਕਮ ਹੋਇਆ ਹੈ। ਸੋ ਸਤਸੰਗਤ, ਸਭ ਤੋਂ ਪਹਿਲਾਂ ਜਦੋਂ ਤੋਂ ਇਨਸਾਨ ਨੇ ਹੋਸ਼ ਸੰਭਾਲੀ, ਪਹਿਲਾਂ ਤਾਂ ਜਦੋਂ ਇਹ ਆਦਿ ਮਾਨਵ ਜੰਗਲਾਂ ਦੇ ਵਿੱਚ ਸੀ, ਜਾਨਵਰ ਦੀ ਤਰ੍ਹਾਂ ਇਹਨੇ ਤੁਰਨਾ, ਜਾਨਵਰ ਵਾਲੀਆਂ ਇਹਦੀਆਂ ਹਰਕਤਾਂ ਸਨ, ਉੱਥੋਂ ਜਦੋਂ ਇਹ ਡਿਵੈਲਪ ਹੋਇਆ, ਜਦੋਂ ਜਦੋਂ ਇਹਨੇ ਇਹਦੀ ਸੋਚਣ ਬੁੱਧੀ ਤਿੱਖੀ ਹੋਈ, ਜਦੋਂ ਇਹਨੇ ਹੋਸ਼ ਸੰਭਾਲੀ, ਉਦੋਂ ਤੋਂ ਹੀ ਇਸ ਸਮਾਜ ਦੇ ਵਿੱਚ ਇਹਨੇ ਨਿੱਤਾ ਪ੍ਰਤੀ ਸਟੈਪ ਬਾਏ ਸਟੈਪ ਸਮਾਜ ਦੇ ਵਿੱਚ ਤਬਦੀਲੀਆਂ ਲਿਆਉਂਦੀਆਂ। ਹੁਣ ਜਦੋਂ ਉਹ ਸਮਾਂ ਆ ਗਿਆ ਜਦੋਂ ਇਨਸਾਨ ਇੱਕਦਮ ਜਿਹੜਾ ਸੰਸਾਰ ਦੇ ਵਿੱਚ ਕਾਬਜ ਹੋ ਗਿਆ, ਅਤੇ ਉਸ ਵਕਤ ਉਹਨੇ ਸੰਸਾਰ ਦੇ ਵਿੱਚ ਜਿਹੜੀ ਸਭ ਤੋਂ ਪਹਿਲਾ ਕੰਮ ਕੀਤਾ, ਉਹ ਸੀ ਸੰਸਾਰ ਨੂੰ ਹਿੱਸਿਆਂ ਦੇ ਵਿੱਚ ਵੰਡਣਾ, ਸੰਸਾਰ ਦੇ ਵਿੱਚ ਵੰਡੀ ਪਾਈ। ਹੈ ਤਾਂ ਸਾਰੇ ਏਕ ਪਿਤਾ ਏਕਸ ਕੇ ਹਮ ਬਾਰਕ ਹੀ ਸੀ, ਪਰ ਇਨਸਾਨ ਨਹੀਂ, ਰੱਬ ਜੀ ਨੇ ਕੋਈ ਵੰਡੀ ਨਹੀਂ ਪਾਈ, ਰੱਬ ਜੀ ਨੇ ਕਿਸੇ ਨੂੰ ਕੋਈ ਤਬਦੀਲ ਨਹੀਂ ਕੀਤਾ। ਇਨਸਾਨ ਨੇ ਇਸ ਸਮਾਜ ਦੇ ਵਿੱਚ ਵੰਡੀਆਂ ਬਣਾਈਆਂ, ਹਿੱਸੇ ਬਣਾਏ, ਫਿਰਕੇ ਬਣਾਏ। ਉਸੇ ਤਰ੍ਹਾਂ ਹੀ ਇਸ ਸਮਾਜ ਦੇ ਵਿੱਚ ਜਦੋਂ ਆਦਮੀ ਦਾ ਜਨਮ ਹੋਇਆ, ਤਾਂ ਸਭ ਤੋਂ ਪਹਿਲਾਂ ਜਿਹੜਾ ਉਹਦੇ ਵਿੱਚ ਵੰਡੀ ਪਈ, ਉਹ ਕਲਰ ਦੇ ਆਧਾਰ ਦੇ ਉੱਤੇ ਪਈ, ਰੰਗ ਕਰਕੇ ਵੰਡੀ ਪਈ ਹੈ। ਇਸ ਦਿਨ ਤੁਸੀਂ ਅੱਜ ਵੀ ਪੜ੍ਹਦੇ ਹੋ। ਉਸ ਤੋਂ ਬਾਅਦ ਇਨਸਾਨ ਦੇ ਕੰਮ ਦੇ ਆਧਾਰ ਦੇ ਉੱਤੇ ਉਹਦੇ ਉੱਤੇ ਵੰਡੀ ਪਾਈ ਗਈ, ਡਿਵਾਈਡ ਕੀਤਾ ਗਿਆ। ਜਿਹੜਾ ਆਦਮੀ ਆਹ ਕੰਮ ਕਰੇਗਾ, ਉਹਨੂੰ ਪੱਕੀ ਇੱਕ ਲੇਵਲ ਲਾ ਦਿੱਤਾ ਗਿਆ, ਯਾਨੀ ਕਹਿਣ ਤੋਂ ਭਾਵ ਬਈ ਅਜੇ ਬੱਚੇ ਦਾ ਜਨਮ ਵੀ ਨਹੀਂ ਸੀ ਹੋਇਆ,
ਅਤੇ ਜਨਮ ਹੋਣ ਤੋਂ ਪਹਿਲਾਂ ਇਹ ਡਿਸਾਈਡ ਕਰ ਦਿੱਤਾ ਗਿਆ ਵੀ ਇਹ ਬੱਚਾ ਕੱਲ੍ਹ ਨੂੰ ਬੜਾ ਹੋ ਕੇ ਕੀ ਕੰਮ ਕਰੇਗਾ। ਜਿੱਦਾਂ ਮੰਨ ਲਓ ਕਿਸੇ ਚਮਿਆਰ ਦੇ ਘਰ ਕਿਸੇ ਦਾ ਜਨਮ ਹੋਇਆ, ਇਹ ਉਹਨਾਂ ਸਮਿਆਂ ਦੇ ਵਿੱਚ, ਅੱਜ ਆਧੁਨਿਕ ਸਮਾਂ ਆਇਆ, ਅੱਜ ਉਹ ਇਹ ਚੀਜ਼ਾਂ ਭਾਵੇਂ ਨਹੀਂ ਨੇ, ਪਰ ਉਹਨਾਂ ਸਮਿਆਂ ਦੇ ਵਿੱਚ ਜਦੋਂ ਕੋਈ ਚਮਿਆਰ ਦੇ ਘਰ ਕਿਸੇ ਦਾ ਜਨਮ ਹੁੰਦਾ ਸੀ, ਉਹਦਾ ਮਾਨਸਿਕ ਪੱਧਰ ਭਾਵੇਂ ਕਿੰਨਾ ਵੀ ਉੱਚਾ ਕਿਉਂ ਨਾ ਹੋਵੇ, ਉਹਨੂੰ ਭਾਵੇਂ ਦੁਨੀਆ ਦਾ ਕਿੰਨਾ ਵੀ ਗਿਆਨ ਕਿਉਂ ਨਾ ਹੋਵੇ, ਪਰ ਉਹਦੇ ਮੱਥੇ 'ਤੇ ਇੱਕ ਲੇਬਲ ਲਾ ਦਿੱਤਾ ਗਿਆ ਸੀ ਕਿ ਜਿਹੜਾ ਇਸ ਘਰ ਦੇ ਵਿੱਚ ਜਨਮ ਲੱਭੇਗਾ ਉਹਨੇ ਕੇਵਲ ਲੋਕਾਂ ਦੀਆਂ ਜੁੱਤੀਆਂ ਗੰਢਣੀਆਂ ਨੇ, ਉਹਨੇ ਕੇਵਲ ਅਤੇ ਕੇਵਲ ਮਰੇ ਡੰਗਰਾਂ ਦੀਆਂ ਜਿਹੜੀਆਂ ਨੇ ਨਾ ਚੰਮਾਂ ਲਾਉਣੀਆਂ ਨੇ ਇਹ ਜਨਮ ਤੋਂ ਪਹਿਲਾਂ। ਅਤੇ ਜਿਹੜਾ ਖੱਤਰੀ ਸੀ ਉਹ ਭਾਵੇਂ ਆਪਣੇ ਪੈਰਾਂ ਦੇ ਉੱਤੇ ਖੜ੍ਹਾ ਵੀ ਨਾ ਹੋ ਸਕੇ, ਪਰ ਉਹਨੂੰ ਜੰਮਣ ਤੋਂ ਪਹਿਲਾਂ ਇਹ ਲੇਬਲ ਲਾ ਦਿੱਤਾ ਗਿਆ ਵੀ ਇਹਦਾ ਕੰਮ ਕੇਵਲ ਸੂਰਬੀਰਾਂ ਦੀ ਤਰ੍ਹਾਂ ਮੈਦਾਨੇ ਜੰਗ ਦੇ ਵਿੱਚ ਲੜਨਾ ਹੈ। ਜਿਹੜਾ ਉੱਚ ਕੁਲ ਬ੍ਰਾਹਮਣ ਹੈ ਉਹ ਭਾਵੇਂ ਕਿੰਨੇ ਵੀ ਧਰਮ ਤੋਂ ਹੀਣੇ ਕੰਮ ਕਿਉਂ ਨਾ ਕਰ ਲਵੇ, ਪਰ ਉਹਦਾ ਕੰਮ ਸੀ ਉਹ ਸਾਰੀਆਂ ਸ਼੍ਰੇਣੀਆਂ ਤੋਂ ਸਭ ਤੋਂ ਉੱਤੇ ਸ੍ਰੇਸ਼ਟ ਹੈ। ਇਸੇ ਤਰ੍ਹਾਂ ਵੈਸ਼ ਨੂੰ ਕੰਮ ਮੁਹੱਈਆ ਕਰਾ ਦਿੱਤਾ ਗਿਆ ਵੀ ਕਾਰ ਵਿਹਾਰ ਦਾ ਸਾਰਾ ਕੰਮ, ਜਿਹੜਾ ਬਿਜ਼ਨਸ ਵਪਾਰ, ਇਹ ਤੂੰ ਵੇਖਣਾ। ਹੁਣ ਸੰਸਾਰ ਨੂੰ ਕਿੱਤਿਆਂ ਦੇ ਆਧਾਰ ਦੇ ਉੱਤੇ ਵੰਡ ਦਿੱਤਾ ਗਿਆ, ਜਿਹਦਾ ਜੋ ਕੰਮ ਸੀ ਉਹਦੇ 'ਤੇ ਲੇਬਲ ਲਾ ਤਾ। ਅਸੀਂ ਆਸ਼ਾ ਬਾਰ ਦੇ ਵਿੱਚ ਪੜ੍ਹਦੇ ਹਾਂ, ਯੋਗ ਸ਼ਬਦੰ ਗਿਆਨ, ਵੇਦ ਸ਼ਬਦੰ ਬ੍ਰਹਮਣੇ, ਖੱਤਰੀ ਸ਼ਬਦੰ ਸੂਰ, ਸੂਦਰ ਸਭ ਤੈ ਪ੍ਰਾਕ੍ਰਿਤ। ਇਹ ਪਹਿਲਾਂ ਤੋਂ ਲਿਖ ਦਿੱਤਾ ਗਿਆ ਵੀ ਗਿਆਨ ਇਕੱਠਾ ਕਰਨਾ ਕਾਹਦਾ ਕੰਮ ਹੈ, ਯੋਗ ਕੌਣ ਕਰਨਾ ਕਿਹਦਾ ਕੰਮ ਹੈ, ਲੜਨਾ ਕਿਹਦਾ ਕੰਮ ਹੈ, ਅਤੇ ਦੂਜਿਆਂ ਦੀ ਸੇਵਾ ਕਰਨਾ ਕਿਹਦਾ ਕੰਮ ਹੈ। ਇਹ ਵੰਡੀਆਂ ਸਮਾਜ ਦੇ ਵਿੱਚ ਪੈ ਗਈਆਂ ਸੀ। ਇਸ ਵੰਡੀ ਤੋਂ ਬਾਅਦ ਫਿਰ ਵੰਡੀ ਸ਼ੁਰੂ ਹੋਈ ਜਾਤ ਦੇ ਨਾਮ ਦੇ ਉੱਤੇ, ਜਾਤਾਂ ਦੇ ਉੱਤੇ ਸਮਾਜ ਨੂੰ ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਇਸ ਤੋਂ ਬਾਅਦ ਪਕਸ਼ੀਆਂ ਦੇ ਵਿੱਚ ਵੀ ਵੰਡੀਆਂ ਪਾ ਦਿੱਤੀਆਂ ਗਈਆਂ। ਜੇ ਕੋਈ ਕਬੂਤਰ ਸੀ ਨਾ, ਕਬੂਤਰ ਨੂੰ ਨਾਮ ਦੇ ਦਿੱਤਾ ਗਿਆ, ਇਹ ਉੱਚਾ ਬ੍ਰਾਹਮਣ। ਜੇ ਕੋਈ ਕਾਂ ਸੀ ਉਹਨੂੰ ਨਾਮ ਸ਼ੂਦਰ ਦਾ ਦੇ ਦਿੱਤਾ ਗਿਆ। ਹੁਣ ਜਦੋਂ ਹਰ ਇੱਕ ਚੀਜ਼ ਦੇ ਵਿੱਚ ਵੰਡੀ ਪਾ ਗਈ ਤਾਂ ਕੁਦਰਤੀ ਬਾਤ ਹੈ ਫਿਰ ਜਿਹੜੇ ਤਿਉਹਾਰ ਸਨ ਨਾ, ਇਹਨਾਂ ਤਿਉਹਾਰਾਂ ਦੇ ਵਿੱਚ ਵੀ ਵੰਡੀਆਂ ਪੈਣਾ ਸ਼ੁਰੂ ਹੋ ਗਈ। ਤਿਉਹਾਰ ਵੀ ਸਾਰਿਆਂ ਦੇ ਆਪੋ ਆਪਣੀ, ਬਈ ਹਰ ਇੱਕ ਜਿਹੜਾ ਨਾ ਇਹ ਰਜਿਸਟਰ ਜਿਹੜਾ ਸੀ ਕਰ ਦਿੱਤਾ ਗਿਆ ਵੀ ਫਲਾਣਾ ਆਦਮੀ ਫਲਾਣਾ ਤਿਉਹਾਰ ਬਣਾਏਗਾ। ਹਰ ਇੱਕ ਆਦਮੀ ਨੂੰ ਹੱਕ ਨਹੀਂ ਵੀ ਉਹ ਹਰ ਇੱਕ ਤਿਉਹਾਰ ਬਣਾ ਸਕੇਗਾ। ਅੱਜ ਤੁਸੀਂ ਵੇਖੋ, ਅੱਜ ਤਾਂ ਆਦਮੀ ਹਰ ਇੱਕ ਥਾਂ 'ਤੇ ਸ਼ਾਮਿਲ ਹੋ ਜਾਂਦਾ ਨਾ। ਉਹਨਾਂ ਸਮਿਆਂ ਦੇ ਵਿੱਚ ਇਹ ਮੋਹਰ ਲਾ ਦਿੱਤੀ ਗਈ ਵੀ ਫਲਾਣਾ ਆਦਮੀ ਫਲਾਣਾ ਤਿਉਹਾਰ ਬਣਾਏਗਾ। ਜਿੱਦਾਂ ਸ਼ਰਾਧ ਆ ਗਏ, ਸ਼ਰਾਧ ਬ੍ਰਾਹਮਣ ਦੇ ਹਿੱਸੇ ਦੇ ਵਿੱਚ ਆ ਗਏ ਵੀ ਇਹ ਤਿਉਹਾਰ ਬ੍ਰਾਹਮਣ ਦਾ, ਸ਼ਰਾਧ ਉਹਨੇ ਆਪਣੇ ਕੋਲ ਰੱਖ ਲਏ। ਇਸੇ ਤਰ੍ਹਾਂ ਜਿਹੜਾ ਖੱਤਰੀ ਸੀ ਨਾ, ਉਹਦੇ ਕੋਲ ਦੁਸ਼ਹਿਰਾ ਦੇ ਦਿੱਤਾ ਗਿਆ। ਤੇਰਾ ਕੰਮ ਕੀ ਇੱਕ ਦੁਸ਼ਹਿਰਾ, ਨੇਕੀ ਅਤੇ ਵਧੀ ਦਾ ਦੁਸ਼ਹਿਰਾ ਖੱਤਰੀ ਨੇ ਆਪਣੇ ਕੋਲ ਰੱਖ ਦਿੱਤਾ। ਜਿਹੜਾ ਵੈਸ਼ ਸੀ, ਜਿਹਦਾ ਕਾਰੋਬਾਰ ਬਿਜ਼ਨਸ ਵਪਾਰ ਕਰਨ ਵਾਲੇ, ਉਹਦੇ ਹੱਥ ਹਿੱਸੇ ਦੇ ਵਿੱਚ ਦੀਵਾਲੀ ਦੇ ਦਿੱਤੀ ਵੀ ਦੀਵਾਲੀ ਤੁਹਾਡਾ ਤਿਆਰ, ਇਹ ਤੁਸੀਂ ਬਣਾਉਣਾ। ਅਤੇ ਹੁਣ ਜਿਹੜੀ ਚੌਥੀ ਕਾਸਟ ਸੀ ਨਾ, ਚੌਥਾ ਇਹਦੇ ਵਿੱਚ ਕਮਿਊਨਿਟੀ ਸੀ, ਚੌਥੇ ਪ੍ਰਾਂਤ ਦੇ ਜਿਹੜੇ ਲੋਕ ਸੀ, ਅਤੇ ਉਹਨਾਂ ਨੂੰ ਤਿਉਹਾਰ ਵੀ ਉੱਦਾਂ ਦਾ ਦੇ ਦਿੱਤਾ ਗਿਆ। ਉਹਨਾਂ ਨੂੰ ਤਿਉਹਾਰ ਦੇ ਦਿੱਤਾ ਗਿਆ ਹੋਲੀ, ਵੀ ਇਹ ਤੁਹਾਡਾ ਤਿਉਹਾਰ ਹੈ, ਇਹਨੂੰ ਤੁਸੀਂ ਬਣਾਉਣਾ ਹੈ। ਇੱਕ ਦੂਜੇ ਦੇ ਉੱਤੇ ਗੰਦਗੀ ਸੁੱਟ ਕੇ, ਰੰਗ ਸੁੱਟ ਕੇ ਇੱਕ ਦੂਜੇ 'ਤੇ, ਇਹ ਜਿਹੜਾ ਤਿਉਹਾਰ ਤੁਹਾਡਾ ਇਹ ਤੁਸੀਂ ਇਹਨੂੰ ਮਨਾਉਣਾ। ਯਾਨੀ ਕਿ ਇਹਨਾਂ ਤਿਉਹਾਰਾਂ ਨੂੰ ਵੀ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ। ਇੱਥੋਂ ਤੱਕ ਕਿ ਇੱਕ ਛੋਟੀ ਜਾਤ ਵਾਲਾ ਜਿਹੜਾ ਵੱਡਾ ਤਿਉਹਾਰ ਸੀ ਨਾ, ਅੱਜ ਤੁਸੀਂ ਵੇਖੋ, ਅੱਜ ਉਹ ਸਮਾਂ ਨਹੀਂ, ਅੱਜ ਹਰ ਇੱਕ ਬਣਾਉਂਦੇ ਨੇ, ਸਾਰੇ ਤਿਉਹਾਰਾਂ ਦੇ ਵਿੱਚ ਸਾਰੇ ਮਿਲ ਕੇ ਇਕੱਠੇ ਬਹਿ ਜਾਂਦੇ ਨੇ। ਉਹਨਾਂ ਸਮਿਆਂ ਦੇ ਵਿੱਚ ਇਹ ਨਹੀਂ ਸੀ ਹੋ ਸਕਦਾ ਵੀ ਇੱਕ ਸ਼ਰਾਧ ਬਣਾਇਆ ਜਾਏ ਔਰ ਉਸ ਸ਼ਰਾਧ ਵਰਗੇ ਤਿਉਹਾਰ ਨੂੰ ਇੱਕ ਸ਼ੂਦਰ ਬਣਾਏ। ਇੱਕ ਦਿਵਾਲੀ ਵਰਗੇ ਤਿਉਹਾਰ ਨੂੰ ਸ਼ੂਦਰ ਨੂੰ ਬਣਾਉਣ ਦਾ ਹੱਕ ਨਹੀਂ ਸੀ, ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ। ਸੋ ਜਦੋਂ ਸਮਾਜ ਵੀ ਹਿੱਸਿਆਂ ਵਿੱਚ ਵੰਡਿਆ ਗਿਆ ਤਾਂ ਤਕਰੀਬਨ 239 ਸਾਲ ਦਾ ਇੱਕ ਲੰਬਾ ਸਮਾਂ ਗੁਰੂ ਪਾਤਸ਼ਾਹ ਨੂੰ ਲੱਗਾ ਇਸ ਭੰਬਲ ਭੂਸੇ ਦੇ ਵਿੱਚੋਂ ਸਮਾਜ ਨੂੰ ਕੱਢਣ ਦੇ ਵਾਸਤੇ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਨੇ, ਤੁਸੀਂ ਵੇਖੋ, ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਤਾਂ ਸਭ ਤੋਂ ਪਹਿਲਾਂ ਸਤਿਗੁਰੂ ਨੇ ਇਸ ਭੰਬਲ ਭੂਸੇ ਦੇ ਵਿੱਚੋਂ ਕੱਢਣ ਵਾਸਤੇ ਜੋ ਪਹਿਲਾ ਉਪਦੇਸ਼ ਸੀ ਉਹ 10 ਸਾਲ ਦੀ ਉਮਰ ਦੇ ਵਿੱਚ ਦੇ ਦਿੱਤਾ। ਜਦੋਂ 10 ਸਾਲ ਦੀ ਉਮਰ ਦੇ ਵਿੱਚ ਘਰ ਦੇ ਵਿੱਚ ਇੱਕ ਬਹੁਤ ਵੱਡਾ ਪ੍ਰੋਗਰਾਮ ਉਲੀਕਿਆ ਗਿਆ, ਕਿਉਂਕਿ ਪਿਤਾ ਕਲਿਆਣ ਦਾਸ ਜਿਹੜੇ ਸੀ ਨਾ ਇੱਕ ਬਹੁਤ ਵੱਡੇ ਰੁਤਬੇ ਦੇ ਉੱਤੇ ਸੀ। ਅਸੀਂ ਬਹੁਤੀ ਵਾਰ ਇਹ ਲਫ਼ਜ਼ ਵਰਤਦੇ ਹਾਂ ਨਾ, ਪਟਵਾਰੀ। ਦਰਅਸਲ ਸਤਸੰਗਤ ਪਟਵਾਰੀ ਨਹੀਂ, ਤੁਸੀਂ ਕੋਈ ਵੀ ਜਿਹੜੀਆਂ ਆ ਕਾਸਟ ਪੜ੍ਹਦੇ ਹਾਂ ਨਾ, ਅਤੇ ਤੁਹਾਨੂੰ ਤੁਸੀਂ ਕਾਸਟਿਜ਼ਮ ਪੜ੍ਹ ਕੇ ਵੇਖੋ, ਕੋਈ ਵੀ ਮਹਿਤਾ ਨਾਮ ਦੀ ਕਾਸਟ ਦੁਨੀਆ ਦੇ ਵਿੱਚ ਨਹੀਂ ਹੈਗੀ। ਮਹਿਤਾ ਕੋਈ ਜਾਤ ਨਹੀਂ ਹੈਗੀ। ਦਰਅਸਲ ਮਹਿਤਾ ਇੱਕ ਰੈਵਨਿਊ ਡਿਪਾਰਟਮੈਂਟ ਦਾ ਇੱਕ ਰੈਂਕ ਸੀ, ਬਹੁਤ ਵੱਡਾ ਰੈਂਕ ਸੀ। ਅਤੇ ਗੁਰੂ ਨਾਨਕ ਸਾਹਿਬ ਦੇ ਪਿਤਾ ਜਿਹੜੇ ਨੇ ਨਾ, ਉਹ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਮਹਿਤੇ ਰੈਂਕ ਦੇ ਵਿੱਚ ਆਉਂਦੇ ਸੀ। ਤੁਸੀਂ ਦੂਜੇ ਪਾਸੇ ਆ ਵੇਖ ਲਓ ਜੀ, ਰਾਏ ਬੁਲਾਰ ਜਿਹੜਾ ਨਾ, ਉਹ ਉੱਥੋਂ ਦਾ, ਉਸ ਇਲਾਕੇ ਦਾ ਗਵਰਨਰ ਸੀ। ਅਤੇ ਤੁਸੀਂ ਉਹਨੂੰ ਅੱਜ ਦੀ ਇਸ ਪ੍ਰੈਜੈਂਟ ਸਮੇਂ ਦੇ ਉੱਤੇ ਟਿਕਾਓ,
ਉਹ ਕਿਹੜੀ ਇੱਕ ਇਹੋ ਜਿਹੀ ਪੋਸਟ ਹੈ ਅੱਜ ਦਾ ਗਵਰਨਰ ਕਿਹਾ ਉਹਦਾ ਤੇ ਪਟਵਾਰੀ ਦਾ ਕੋਈ ਲਿੰਕ ਹੈਗਾ ਕਿਤੇ ਵੇਖਿਆ ਤੁਸੀਂ ਵੀ ਗਵਰਨਰ ਪਟਵਾਰੀ ਨਾਲ ਬਹਿ ਕੇ ਸਲਾਹ ਮਸ਼ਵਰਾ ਕਰਦਾ ਹੋਵੇ ਪਰ ਰਾਏ ਬੁਲਾਰ ਜਿਹੜੇ ਸੀ ਨਾ ਉਹਨਾਂ ਦੇ ਕੋਲ ਮਹਿਤਾ ਕਲਿਆਣ ਦਾਸ ਜਿਹੜੇ ਉਹ ਮਹਿਤਾ ਰੈਂਕ ਦੇ ਉੱਤੇ ਇਹ ਉਹ ਰੈਂਕ ਸੀ ਜਿਹੜਾ ਪੂਰੇ ਕਈ ਇਲਾਕਿਆਂ ਨੂੰ ਜਿਹੜਾ ਸੀ ਉਹ ਦੇਖਦਾ ਸੀ ਰੈਵਨਿਊ ਅਤੇ ਇਸੇ ਕਰਕੇ ਜਾਂ ਤੁਸੀਂ ਇਸ ਬਾਣੀ ਦੇ ਵਿੱਚ ਵੀ ਪੜ੍ਹਦੇ ਹੋ ਨਾ ਲਵ ਪਾਪ ਦੁਏ ਰਾਜਾ ਮਹਿਤਾ ਮਹਿਤਾ ਰਾਜੇ ਦਾ ਇੱਕ ਨਿਕਟ ਵਰਤੀ ਬੜੇ ਕਰੀਬੀ ਰੈਂਕ ਹੁੰਦਾ ਸੀ ਮੰਨ ਲਓ ਵੀ ਉਹਦਾ ਇੱਕ ਮੰਤਰੀ ਉਹਦਾ ਕੈਬਨਿਟ ਮੰਤਰੀ ਇੰਨਾ ਵੱਡਾ ਰੈਂਕ ਸੀ ਇਸ ਕਰਕੇ ਇਹ ਛੋਟੀਆਂ ਛੋਟੀਆਂ ਗੱਲਾਂ ਸੀ ਅਸੀਂ ਵੀ ਬਹੁਤੀ ਵਾਰ ਨਾ ਗੁਰੂ ਨਾਨਕ ਸਾਹਿਬ ਨੂੰ ਜਦੋਂ ਸੁਲਤਾਨਪੁਰ ਲੋਧੀ ਦੀ ਗੱਲ ਆਉਂਦੀ ਤਾਂ ਇੱਕ ਛੋਟਾ ਜਿਹਾ ਦੁਕਾਨਦਾਰ ਦੱਸਦਾ ਵੀ ਇੱਕ ਮੋਦੀ ਖਾਨੇ ਦੇ ਵਿੱਚ ਕੰਮ ਕਰਦੇ ਸੀ ਪਰ ਤੁਸੀਂ ਇੱਕ ਚੀਜ਼ ਨੋਟ ਕਰਿਓ ਜੇ ਜਿੱਦਣ ਭਾਈਆ ਜੈ ਰਾਮ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਨਵਾਬ ਦੌਲਤ ਖਾਨ ਦੇ ਕੋਲ ਲੈ ਕੇ ਜਾਂਦੇ ਨੇ ਅਤੇ ਤੁਹਾਡੇ ਕੋਲ ਇਤਿਹਾਸ ਭਰਿਆ ਪਿਆ ਵੀ ਨਵਾਬ ਦੌਲਤ ਖਾਨ ਨੇ ਗੁਰੂ ਨਾਨਕ ਸਾਹਿਬ ਦਾ ਇੰਟਰਵਿਊ ਲਿਆ ਸੀ ਕਿ ਕਿਆ ਇਹ ਮੇਰੇ ਇੱਥੇ ਕੰਮ ਕਰਨ ਵਾਸਤੇ ਫਿੱਟ ਹੈ ਕਿ ਨਹੀਂ ਹੁਣ ਨਵਾਬ ਦੌਲਤ ਖਾਨ ਸੁਲਤਾਨਪੁਰ ਲੋਧੀ ਦਾ ਗਵਰਨਰ ਸੀ ਹੁਣ ਮੈਨੂੰ ਦੱਸੋ ਅੱਜ ਕਿਹੜੀ ਇਹੋ ਜਿਹੀ ਰਿਕਰੂਟਮੈਂਟ ਹੁੰਦੀ ਹੈ ਜਿਹਦੇ ਵਿੱਚ ਇੱਕ ਨਾਰਮਲ ਦੁਕਾਨਦਾਰ ਰੱਖਣਾ ਹੋਵੇ ਅਤੇ ਉਹਦੀ ਇੰਟਰਵਿਊ ਜਿਹੜੀ ਇੱਕ ਗਵਰਨਰ ਲਵੇ ਜੇ ਇੱਕ ਗਵਰਨਰ ਇੰਟਰਵਿਊ ਲੈ ਰਿਹਾ ਇਹਦਾ ਮਤਲਬ ਗੁਰੂ ਨਾਨਕ ਸਾਹਿਬ ਦਾ ਜਿਹੜਾ ਫੂਡ ਐਂਡ ਸਪਲਾਈ ਮਹਿਕਮੇ ਦੇ ਵਿੱਚ ਉਹ ਰੁਤਬਾ ਸੀ ਕਿ ਪੂਰੇ ਇਲਾਕੇ ਦੇ ਵਿੱਚ ਫੂਡ ਜਿਹੜਾ ਹੈ ਉਹਨੂੰ ਡਿਸਟ੍ਰੀਬਿਊਟ ਕਰਨਾ ਅਤੇ ਉਹਦਾ ਉਹ ਬੈਲੈਂਸ ਬਰਾਬਰ ਮੇਨਟੇਨ ਕਰਕੇ ਰੱਖਣਾ ਇੱਕ ਬਹੁਤ ਜ਼ਿੰਮੇਵਾਰੀ ਇਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਨਾ ਸਾਰਾ ਕੁਝ ਪਹਿਲਾਂ ਪ੍ਰੈਕਟੀਕਲੀ ਕਰਕੇ ਦੱਸਿਆ ਕਿ ਸਿੱਖਾਂ ਇੱਕ ਜ਼ਿੰਮੇਵਾਰੀ ਪੋਸਟ ਸੀ ਇਹ ਨਹੀਂ ਗੁਰੂ ਨਾਨਕ ਸਾਹਿਬ ਆਪਣੇ ਬੱਚੇ ਛੱਡ ਕੇ ਅਤੇ ਆਪ ਪ੍ਰਚਾਰ ਕਰਨ ਚਲੇ ਗਏ ਨਾ ਤੁਸੀਂ ਵੇਖੋ ਜਦੋਂ ਗੁਰੂ ਨਾਨਕ ਸਾਹਿਬ ਪ੍ਰਚਾਰ ਕਰਨ ਵਾਸਤੇ ਜਾਂਦੇ ਨੇ ਨਾ ਤਾਂ ਉਹਨਾਂ ਦੇ ਬੱਚੇ ਉਸ ਵਕਤ ਸ਼੍ਰੀ ਚੰਦ ਪ੍ਰਿਥੀ ਜਿਹੜੇ ਲਖਮੀ ਚੰਦ ਨੇ ਨਾ ਇਹ 16-16 17-17 ਸਾਲ ਦੇ ਸਨ ਪਹਿਲਾਂ ਗੁਰੂ ਸਾਹਿਬ ਨੇ ਆਪਣਾ ਘਰ ਜਿਹੜਾ ਨਾ ਪੂਰੀਆਂ ਜ਼ਿੰਮੇਵਾਰੀਆਂ ਨਿਭਾਈਆਂ ਅਤੇ ਉਹਨਾਂ ਸਮਿਆਂ ਵਿੱਚ 10-12 ਸਾਲ ਦੇ ਬੱਚਿਆਂ ਦੀ ਸ਼ਾਦੀ ਹੋ ਜਾਂਦੀ ਸੀ ਤਾਂ 17-18 ਸਾਲ ਦਾ ਇੱਕ ਆਦਮੀ ਜ਼ਿੰਮੇਵਾਰ ਆਦਮੀ ਹੁੰਦਾ ਸੀ ਇਸ ਕਰਕੇ ਗੁਰੂ ਮਹਾਰਾਜ ਘਰੋਂ ਤੁਰੇ ਕਿਉਂਕਿ ਉਹਨਾਂ ਨੂੰ ਪਤਾ ਸੀ ਘਰ ਹੁਣ ਮੇਰਾ ਪਿੱਛੇ ਜਿਹੜਾ ਨਾ ਕਾਰ ਵਿਹਾਰ ਮੇਰਾ ਸਾਰੇ ਮੇਰੇ ਬੱਚੇ ਕਰ ਸਕਦੇ ਨੇ ਉਹ ਗੁਰੂ ਮਹਾਰਾਜ ਬੋਝ ਨਹੀਂ ਸੀ ਆਪਣੇ ਬੱਚੇ ਆਪਣੇ ਪਰਿਵਾਰ ਕਿਸੇ 'ਤੇ ਛੱਡ ਕੇ ਚਲੇ ਗਏ ਜਦੋਂ ਬੱਚੇ ਜਵਾਨ ਹੋਏ ਫਿਰ ਗੁਰੂ ਪਾਤਸ਼ਾਹ ਨੇ ਇਹ ਉਦਾਸੀਆਂ ਰੱਬ ਕੀਤੀਆਂ ਹੁਣ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ 10 ਸਾਲ ਦੀ ਉਮਰ ਦੇ ਵਿੱਚ ਇਹ ਜਿੱਥੋਂ ਇਹ ਪਾਰਟੀਸ਼ਨ ਸ਼ੁਰੂ ਹੋਈ ਸੀ ਇਹ ਪਾਰਟੀਸ਼ਨ ਸ਼ੁਰੂ ਇੱਕ ਧਾਗੇ ਦੇ ਉੱਤੇ ਹੁੰਦੀ ਸੀ ਅਤੇ ਗੁਰੂ ਪਾਤਸ਼ਾਹ ਨੇ 10 ਸਾਲ ਦੀ ਉਮਰ ਦੇ ਵਿੱਚ ਜਦੋਂ ਮਹਿਤਾ ਕਲਿਆਣ ਦਾਸ ਦੇ ਬੜੇ ਰਿਸ਼ਤੇਦਾਰ ਉਹਦੇ ਨਾਲ ਦੇ ਮਹਿਕਮੇ ਦੇ ਬੜੇ ਲੋਕ ਇਕੱਠੇ ਹੋਏ ਘਰ ਦੇ ਵਿੱਚ ਇੱਕ ਬਹੁਤ ਵੱਡਾ ਪ੍ਰੋਗਰਾਮ ਰੱਖਿਆ ਸੀ ਅਤੇ ਐਨ ਮੌਕੇ 'ਤੇ ਗੁਰੂ ਨਾਨਕ ਸਾਹਿਬ ਨੇ ਇਹ ਕਹਿ ਕੇ ਉਸ ਧਾਗੇ ਨੂੰ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ ਕੋਈ ਨਫ਼ਰਤ ਨਹੀਂ ਸੀ ਗੁਰੂ ਸਾਹਿਬ ਦੀ ਗੱਲ ਨਾ ਧਾਗੇ ਨਾਲ ਨਾ ਜਨੇਊ ਨਾਲ ਨਫ਼ਰਤ ਸੀ ਕਿਉਂਕਿ ਜੇ ਇਸ ਜਨੇਊ ਨਾਲ ਨਫ਼ਰਤ ਹੁੰਦੀ ਤਾਂ ਨੌਵੇਂ ਰੂਪ ਦੇ ਵਿੱਚ ਜਾ ਕੇ ਗੁਰੂ ਮਹਾਰਾਜ ਉਸ ਧਾਗੇ ਦੇ ਖਾਤਰ ਆਪਣਾ ਸੀਸ ਦਿੱਲੀ ਵਿੱਚ ਨਾ ਕਟਾਉਂਦੇ ਦਰਅਸਲ ਇਹਦੇ ਪਿੱਛੇ ਜਿਹੜਾ ਕਨਸੈਪਟ ਖੜਾ ਸੀ ਨਾ ਗੁਰੂ ਸਾਹਿਬ ਦੀ ਨਫ਼ਰਤ ਉਸ ਕਨਸੈਪਟ ਨਾਲ ਸੀ ਕਿਉਂਕਿ ਜਦੋਂ ਗੁਰੂ ਸਾਹਿਬ ਨੇ ਹਰਦਿਆਲ ਨੂੰ ਇਹ ਗੱਲ ਪੁੱਛੀ ਸੀ ਕਿ ਵੀ ਇਹ ਤੁਸੀਂ ਸਾਰਿਆਂ 'ਤੇ ਪਾਉਂਦੇ ਉਹਨੇ ਕਿਹਾ ਮੈਂ ਸਾਰਿਆਂ 'ਤੇ ਪਾਉਣਾ ਉਹਨਾਂ ਕਿਹਾ ਫਿਰ ਅੱਜ ਤੋਂ 5 ਸਾਲ ਪਹਿਲਾਂ ਇਹ ਜਦੋਂ ਮੇਰੀ ਭੈਣ 10 ਸਾਲ ਦੀ ਹੋਈ ਸੀ ਉਦੋਂ ਸਾਡੇ ਘਰ ਕਿਉਂ ਨਹੀਂ ਆਏ ਤੁਸੀਂ ਮੇਰੀ ਭੈਣ ਨਾਨਕੀ ਨੂੰ ਕਿਉਂ ਨਹੀਂ ਤੁਸੀਂ ਪਾਇਆ ਅਤੇ ਉਹਦਾ ਜਵਾਬ ਸੀ ਬਈ ਮੇਰੇ ਸ਼ਾਸਤਰ ਇਹ ਇਜਾਜ਼ਤ ਨਹੀਂ ਦਿੰਦੇ ਬੇਟਾ ਮੇਰੇ ਸ਼ਾਸਤਰ ਇਹ ਇਜਾਜ਼ਤ ਨਹੀਂ ਦਿੰਦੇ ਕਿ ਮੈਂ ਕਿਸੇ ਔਰਤ ਨੂੰ ਇਹ ਧਾਗਾ ਪਾ ਦਿਆਂ ਅਤੇ ਸਤਿਗੁਰੂ ਨੇ ਫਿਰ ਇੱਕ ਗੱਲ ਕਹੀ ਕਹਿੰਦੇ ਵੀ ਕਮਾਲ ਹੋ ਗਈ ਜਿਸ ਦੇ ਪਿੱਛੇ ਕਨਸੈਪਟ ਹੀ ਵਰਨ ਵੰਡ ਦਾ ਖੜਾ ਜਿਹੜਾ ਮਾਂ ਅਤੇ ਪੁੱਤਰ ਨੂੰ ਵੰਡ ਰਿਹਾ ਹੈ ਭੈਣ ਅਤੇ ਭਰਾ ਨੂੰ ਵੰਡ ਰਿਹਾ ਹੈ ਅਤੇ ਤੁਹਾਨੂੰ ਕਿੱਦਾਂ ਲੱਗਦਾ ਵੀ ਉਹ ਧਾਗਾ ਪਾ ਕੇ ਅਸੀਂ ਸਾਰੀ ਮਨੁੱਖਤਾ ਨੂੰ ਪ੍ਰਿੰਗਲ ਬੱਕੜੀ ਨਾਲ ਲਾ ਦੇਵਾਂਗੇ ਗੱਲ ਕਨਸੈਪਟ ਦੀ ਸੀ ਇਹਦੇ ਪਿੱਛੇ ਅਤੇ ਉਹਨੇ ਇੱਕ ਗੱਲ ਕੀ ਕਹਿਣ ਲੱਗੇ ਵੀ ਇਸ ਵਕਤ ਬੇਟਾ ਇੱਦਾਂ ਕਰ ਤੂੰ ਮੇਰੀ ਇੱਜ਼ਤ ਰੱਖ ਆਪਣੇ ਪਿਤਾ ਦੀ ਇੱਜ਼ਤ ਰੱਖ ਵੇਖ ਕਿੰਨੇ ਲੋਕ ਸ਼ਾਕ ਸੰਬੰਧੀ ਇੱਥੇ ਇਕੱਠੇ ਹੋਏ ਨੇ ਤੁਸੀਂ ਬਾਅਦ ਵਿੱਚ ਜੋ ਮਰਜ਼ੀ ਕਰਨਾ ਕਰ ਲਿਓ ਪਰ ਸਾਡੀ ਇੱਜ਼ਤ ਰੱਖਣ ਵਾਸਤੇ ਇਹ ਇਸ ਵਕਤ ਧਾਗਾ ਪਾ ਲਓ ਅਤੇ ਗੁਰੂ ਸਾਹਿਬ ਨੇ ਇੱਕ ਗੱਲ ਕੀ ਕਹਿੰਦੇ ਠੀਕ ਹੈ ਮੈਂ ਪਾਉਣ ਵਾਸਤੇ ਤਿਆਰ ਪਰ ਮੇਰੀ ਸ਼ਰਤ ਇੱਕ ਹੈ ਮੈਂ ਆਹ ਧਾਗਾ ਤੇਰੇ ਝੋਲੇ ਵਾਲਾ ਨਹੀਂ ਪਾਉਣਾ ਤੂੰ ਇੱਦਾਂ ਕਰ ਜਿਹੜਾ ਤੂੰ ਆਪਣੇ ਗਲੇ 'ਚ ਪਾਇਆ ਨਾ ਉਹ ਲਾ ਕੇ ਮੇਰੇ ਗਲ 'ਚ ਪਾ ਦੇ ਮੈਨੂੰ ਉਹ ਪਾ ਦੇ ਜਿਹੜਾ ਤੂੰ ਆਪਣੇ ਗਲ 'ਚ ਪਾਇਆ ਅਤੇ ਉਹਨੇ ਇਹ ਗੱਲ ਕਹੀ ਨੇ ਬੇਟਾ ਮੇਰੇ ਸ਼ਾਸਤਰ ਆਹ ਵੀ ਇਜਾਜ਼ਤ ਨਹੀਂ ਦਿੰਦੇ ਕਿਉਂਕਿ ਮੈਂ ਬ੍ਰਾਹਮਣ ਹਾਂ ਤੂੰ ਖੱਤਰੀ ਆਹ ਮੇਰੇ ਵਾਸਤੇ ਬਣਿਆ ਤੇਰੇ ਵਾਸਤੇ ਵੱਖਰਾ ਮੇਰਾ ਅਤੇ ਤੇਰਾ ਧਾਗਾ ਵੀ ਇੱਕ ਨਹੀਂ ਹੋ ਸਕਦਾ ਅਤੇ ਸਤਿਗੁਰੂ ਕਹਿੰਦੇ ਵੀ ਇੱਕ ਬੰਨੇ ਤੁਸੀਂ ਕਹਿੰਦੇ ਹੋ ਵੀ ਇਹ ਉੱਚੀ ਕੁੱਲਾਂ ਵਾਲੇ ਪਾਉਂਦੇ ਨੇ ਅਤੇ ਜੇ ਅਸੀਂ ਦੋਨੋਂ ਪਾ ਰਹੇ ਹਾਂ ਇਹਦਾ ਮਤਲਬ ਦੋਨਾਂ ਦੀ ਕੁੱਲ ਉੱਚੀ ਹੈ ਪਰ ਫਿਰ ਵੀ ਉਸ ਕੁੱਲ ਦੇ ਵਿੱਚ ਵੀ ਫਰਕ ਹੈ ਉਹਦੇ ਵਿੱਚ ਵੀ ਵਰਨ ਵੰਡ ਹੈ ਤੂੰ ਉਹਦੇ ਵਿੱਚ ਵੀ ਵੰਡੀ ਜਾ ਰਿਹਾ ਆਪਣੇ ਗਲੇ ਦਾ ਧਾਗਾ ਵੀ ਤੂੰ ਮੇਰੇ ਗਲ 'ਚ ਨਹੀਂ ਪਾ ਸਕਦਾ ਅਤੇ ਮੈਨੂੰ ਦੱਸ ਜਿਹੜੇ ਸਾਨੂੰ ਦੋਵਾਂ ਨੂੰ ਇੱਕ ਨਹੀਂ ਕਰ ਰਹੇ ਉਹਨੂੰ ਪਾ ਕੇ ਅਸੀਂ ਕੀ ਸਮਾਜ ਨੂੰ ਇੱਕ ਕਰ ਸਕਦੇ ਹਾਂ ਕੀ ਮਨੁੱਖਤਾ ਨੂੰ ਇੱਕ ਕਰ ਸਕਦੇ ਹਾਂ ਬਸ ਇੱਥੋਂ ਹੀ ਇਹਨਾਂ ਦਾ ਐਂਟਾਗਨਿਜ਼ਮ ਸ਼ੁਰੂ ਹੋ ਗਿਆ
ਇਸ ਤੋਂ ਬਾਅਦ ਗੁਰੂ ਪਾਤਸ਼ਾਹ ਨੇ ਪ੍ਰੈਕਟੀਕਲੀ ਇਸ ਚੀਜ਼ ਨੂੰ, ਇਸ ਵਰਨ ਵੰਡ ਨੂੰ ਖਤਮ ਕੀਤਾ। ਤੁਸੀਂ ਵੇਖੋ ਨਾ, ਇੱਕ ਪਾਸੇ ਛੋਟੀ ਜਾਤ ਦੇ ਲੋਕ ਜਿਹੜੇ ਸੀ ਉਹਨਾਂ ਨੂੰ ਇਹ ਗੱਲ ਕਹੀ ਜਾ ਰਹੀ ਸੀ ਵੀ ਤੁਹਾਡਾ ਕੰਮ ਜਿਹੜਾ ਦੂਜਿਆਂ ਦੀ ਗੁਲਾਮੀ ਕਰਨਾ, ਅਤੇ ਗੁਰੂ ਨਾਨਕ ਸਾਹਿਬ ਆਪਣਾ ਜੀਵਨ ਸਾਥੀ, ਅੱਜ ਵੀ ਤੁਸੀਂ ਅੱਜ ਦੇ ਸਮੇਂ 'ਚ ਵੇਖੋ ਨਾ, ਜਦੋਂ ਬੰਦੇ ਨੂੰ ਕਿਸੇ ਮਿੱਤਰ ਦੀ ਚੋਣ ਕਰਨੀ ਹੋਵੇ, ਦੋਸਤ ਦੀ, ਤਾਂ ਹਰ ਇੱਕ ਆਦਮੀ ਦੀ ਇੱਕ ਕੋਸ਼ਿਸ਼ ਹੁੰਦੀ ਹੈ ਵੀ ਮੇਰਾ ਮਿੱਤਰ ਜਿਹੜਾ ਹੈ ਨਾ ਮੇਰੇ ਕੋਲ ਅਮੀਰ ਹੋਵੇ, ਧਨ ਦੌਲਤ ਜ਼ਿਆਦਾ ਹੋਵੇ, ਕਿਸੇ MLA MP ਦਾ ਪੁੱਤਰ ਹੋਵੇ। ਪਰ ਇੱਧਰ ਗੁਰੂ ਨਾਨਕ ਪਾਤਸ਼ਾਹ ਦੀ ਤੁਸੀਂ ਚੋਣ ਵੇਖੋ, ਗੁਰੂ ਨਾਨਕ ਸਾਹਿਬ ਇੱਕ ਮਹਿਤੇ ਦੇ ਪੁੱਤਰ ਨੇ, ਇੱਕ ਵੱਡੇ ਘਰਾਣੇ ਦੇ ਵਿੱਚੋਂ ਇਕਲੌਤੇ ਪੁੱਤਰ ਨੇ, ਮੈਂ ਤਾਂ ਕਲਿਆਣ ਦੱਸਦੇ। ਪਰ ਜਦੋਂ ਮਿੱਤਰ ਦੀ ਚੋਣ ਆਉਂਦੀ ਹੈ ਨਾ, ਤਾਂ ਗੁਰੂ ਸਾਹਿਬ ਇੱਕ ਮਿੱਤਰ ਚੁਣਦੇ ਨੇ, ਭਾਈ ਮਰਦਾਨਾ ਮਰਾਸੀ, ਜਿਸ ਮਰਾਸੀ ਦਾ ਲੋਕ ਸਵੇਰੇ ਉੱਠ ਕੇ ਆਪਣੀ ਜ਼ਬਾਨ 'ਚੋਂ ਨਾਮ ਨਹੀਂ ਸੀ ਲੈਂਦੇ। ਅਤੇ ਸਤਿਗੁਰੂ ਉਸ ਮਰਾਸੀ ਨੂੰ ਮਿੱਤਰ ਚੁਣਦੇ ਨੇ, ਕੀ ਸੀ ਕਿ ਇਸ ਜੇ ਵਰਨ ਵੰਡਰ ਨੂੰ ਖਤਮ ਕਰਨਾ ਨਾ, ਤਾਂ ਇਹ ਕੇਵਲ ਕਾਗਜ਼ਾਂ 'ਤੇ ਲਿਖ ਕੇ ਨਹੀਂ ਵੀ ਅਸੀਂ ਸਾਰਿਆਂ ਨੂੰ ਇੱਕ ਮੰਨਦੇ, ਇਹ ਪ੍ਰੈਕਟੀਕਲੀ ਕਰਨਾ ਪੈਣਾ ਤੁਹਾਨੂੰ। ਇੱਕ ਮਿੱਤਰ ਇਹਦੇ ਨਾਲ ਦੋਸਤੀ ਲੈਣੀ ਪੈਣੀ ਹੈ। ਔਰ ਤੁਸੀਂ ਵੇਖੋ, ਗੁਰੂ ਨਾਨਕ ਸਾਹਿਬ ਨੇ ਨਾ 47 ਸਾਲ ਭਾਈ ਮਰਦਾਨਾ ਜੀ ਦੇ ਨਾਲ ਮਿੱਤਰਤਾ ਨਿਭਾਈ। ਇਹ ਕਿੱਦਾਂ ਹੋ ਸਕਦਾ? ਤੁਸੀਂ ਵੇਖੋ ਵੀ ਭਾਈ ਮਰਦਾਨਾ ਜੀ ਕਿਤੇ ਇਸਲਾਮ ਧਰਮ ਨਾਲ ਸੰਬੰਧਿਤ ਨੇ, ਨਵਾਜ਼ ਵੀ ਪੜ੍ਹਦੇ ਨੇ ਭਾਈ ਨਮਾਨਾ ਜੀ ਆ ਮਰਦਾਨਾ 'ਚ, ਪਰ ਕਿਤੇ ਵੀ ਕਿਤੇ ਕੋਈ ਇਹੋ ਜਿਹੀ ਪਾਰਸ਼ੈਲਿਟੀ ਉਹਨਾਂ ਦੇ ਵਿੱਚ, ਕਿਤੇ ਖੁੰਦਮ ਬਾਜ਼ੀ, ਕਿਤੇ ਲੜਾਈ ਝਗੜਾ, ਕੋਈ ਇੱਕ ਵੀ ਤੁਹਾਡੇ ਕੋਲ ਇੱਦਾਂ ਦਾ ਐਵੀਡੈਂਸ ਨਹੀਂ ਹੈਗਾ। 47 ਸਾਲ ਗੁਰੂ ਨਾਨਕ ਸਾਹਿਬ ਦੇ ਨਾਲ ਰਹਿੰਦੇ ਨੇ, ਔਰ ਉਹ ਪੜ੍ਹਦਾ ਭਾਈ ਮਰਦਾਨਾ ਜੀ ਤੋਂ ਬਾਅਦ। ਤੁਸੀਂ ਵੇਖੋ ਵੀ ਵਰਨ ਵੰਡ ਇਸ ਢੰਗ ਨਾਲ, ਜਿੱਥੋਂ ਇਹ ਗੱਲ ਸ਼ੁਰੂ ਹੋਈ, ਲੰਗਰ ਵੀ ਹਿੱਸਿਆਂ ਦੇ ਵਿੱਚ ਵੰਡਿਆ ਸੀ, ਦੋ ਉੱਚੀ ਅਤੇ ਛੋਟੀ ਜਾਤ ਵਾਲੇ ਇਕੱਠੇ ਬਹਿ ਕੇ ਲੰਗਰ ਨਹੀਂ ਸੀ ਛੱਕ ਰਹੇ। ਅਤੇ ਗੁਰੂ ਨਾਨਕ ਸਾਹਿਬ ਨੇ ਇਸ ਕੰਸੈਪਟ ਨੂੰ ਖਤਮ ਕਰਨ ਵਾਸਤੇ ਵੀ ਇਹ ਪ੍ਰੈਕਟੀਕਲੀ ਕੰਮ ਕਰਨਾ ਪਵੇਗਾ, ਇਹਨੂੰ ਕੇਵਲ ਇੱਦਾਂ ਥਿਊਰੀ ਪੜ੍ਹਨ ਦੇ ਨਾਲ ਗੱਲ ਨਹੀਂ, ਆਨ ਗਰਾਊਂਡ ਕਰਨਾ ਪਵੇਗਾ। ਔਰ ਗੁਰੂ ਸਾਹਿਬ ਨੇ ਕਰਕੇ ਦੱਸਿਆ, ਲੰਗਰ ਚਲਾ ਕੇ ਇਸ ਸਿਸਟਮ ਨੂੰ ਖਤਮ ਕਰਕੇ ਦੱਸਿਆ। ਅਤੇ ਤੁਹਾਡੇ ਕੋਲ ਅੱਜ ਤੁਸੀਂ ਵੇਖੋ, ਇਹ ਤੁਹਾਡੇ ਕੋਲ ਪ੍ਰੂਫ ਪਿਆ ਵੀ ਅੱਜ ਤੁਹਾਡੇ ਲੰਗਰ ਦੇ ਵਿੱਚ ਅੱਜ ਤੱਕ ਕੋਈ ਵਿਤਕਰਾ ਨਹੀਂ, ਕੋਈ ਦੁਨੀਆ ਦਾ ਕਿਸੇ ਧਰਮ, ਕਿਸੇ ਜ਼ਾਤ, ਕਿਸੇ ਮਜ਼ਹਬ ਦਾ ਆਦਮੀ ਅੱਜ ਕੋਈ ਵਿਤਕਰਾ ਨਹੀਂ ਹੈਗਾ ਉਹਦੇ ਨਾਲ ਬਈ ਇੱਥੇ ਲੰਗਰ 'ਚ। ਤੁਸੀਂ ਵੇਖਿਆ ਕਿਤੇ ਵੀ ਹੋਇਆ ਕਿਤੇ ਵੀ ਲੰਗਰ 'ਚ ਕਿਸੇ ਨੂੰ ਉਠਾਲਤਾ ਹੋਵੇ ਬਈ ਤੂੰ ਉੱਠ ਕੇ ਬਾਹਰ ਚਲਾ ਜਾ, ਵੀ ਇੱਥੇ ਤੇਰੇ ਨਾਲ ਤੂੰ ਇਕੱਠਾ ਸਾਡੇ ਨਾਲ ਬਹਿ ਕੇ ਨਹੀਂ ਛੱਕ ਸਕਦਾ, ਅਸੀਂ ਉੱਚੀ ਕੁਲਦੇ ਹਾਂ ਤੂੰ ਛੋਟੀ ਕੁਲਦਾ, ਨਹੀਂ। ਕਿਉਂਕਿ ਗੁਰੂ ਸਾਹਿਬ ਨੇ ਇਹ ਸਾਰੇ ਕੰਮ ਜਿਹੜੇ ਸੀ ਨਾ ਆਪ ਕਰਕੇ ਅਤੇ ਸਦੀਵੀ ਤੌਰ 'ਤੇ ਸਾਡੇ ਲਈ ਉਪਦੇਸ਼ ਦੇ ਦਿੱਤਾ, ਇੱਥੇ ਹੀ ਬਸ ਨਹੀਂ, ਫਿਰ ਸਮਾਂ ਤੇਜ਼ੀ ਨਾਲ ਲੰਘਾ। ਗੁਰੂ ਸਾਹਿਬ ਨੂੰ 239 ਸਾਲ ਦਾ ਸਮਾਂ ਲੱਗਾ ਹੈ, 239 ਸਾਲ ਦੇ ਸਮੇਂ ਦੇ ਵਿੱਚ ਸਟੈਪ ਬਾਏ ਸਟੈਪ ਇਸ ਸਿਸਟਮ ਨੂੰ ਖਤਮ ਕੀਤਾ। ਤੁਸੀਂ ਵੇਖੋ ਨਾ, ਫਿਰ ਜਦੋਂ ਅਸੀਂ ਗੁਰੂ ਅੰਗਦ ਸਾਹਿਬ ਵਾਹਿਗੁਰੂ ਰਾਮਦਾਸ ਮਹਾਰਾਜ ਜੀ ਦਾ ਸਮਾਂ ਇਤਿਹਾਸ ਪੜ੍ਹਦੇ ਹਾਂ, ਗੁਰੂ ਰਾਮਦਾਸ ਮਹਾਰਾਜ ਜੀ ਦੇ ਸਮੇਂ ਆ ਵੇਖੋ, ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਜਾਂਦੀ, ਦਰਬਾਰ ਸਾਹਿਬ ਦੀ, ਚਾਰ ਪਾਸੇ ਉਹਦੇ ਦਰਵਾਜ਼ੇ ਨੇ, ਚਾਰੇ ਪਾਸੇ ਦਰਵਾਜ਼ੇ ਨੇ ਉਹਨਾਂ ਦੇ, ਚਾਰ ਗੁਰੂ ਮਹਾਰਾਜ ਨੇ ਦਰਵਾਜ਼ੇ ਲੱਗ ਕੇ ਮਨੁੱਖਤਾ ਨੂੰ ਇਹ ਉਪਦੇਸ਼ ਦੇ ਦਿੱਤਾ ਕਿ ਦੁਨੀਆ ਦਾ ਕੋਈ ਕਿਸੇ ਮਜ਼ਹਬ, ਕਿਸੇ ਜਾਤ ਦਾ ਆਦਮੀ ਇਹਦੇ ਅੰਦਰ ਆ ਸਕਦਾ, ਹਰਿਮੰਦਰ ਸਾਹਿਬ 'ਚ ਆ ਸਕਦਾ। ਪਰ ਨਾਲ ਇੱਕ ਸ਼ਰਤ ਹੋਰ ਰੱਖ ਦਿੱਤੀ, ਕਹਿੰਦੇ ਇੱਕ ਗੱਲ ਚੇਤੇ ਰੱਖਿਓ, ਆਇਓ ਭਾਵੇਂ ਕਿਸੇ ਜਾਤ, ਕਿਸੇ ਮਜ਼ਹਬ ਦਾ, ਪਰ ਜਿੱਦਣ ਹਰਿਮੰਦਰ ਸਾਹਿਬ ਦੇ ਅੰਦਰ ਜਾਣਾ ਪਵੇਗਾ ਨਾ, ਤਾਂ ਦਰਵਾਜ਼ਾ ਇੱਕ ਰੱਖ ਦਿੱਤਾ, ਬਾਹਰੋਂ ਚਾਰ ਦਰਵਾਜ਼ੇ ਨੇ। ਤੁਸੀਂ ਵੇਖੋ ਨਾ, ਉੱਥੇ ਉਹ ਜਿਹੜਾ ਲੋਕਾਂ ਦੇ ਰਸ਼ ਨੂੰ ਘੱਟ ਕਰਨ ਦੇ ਵਾਸਤੇ ਚਾਰ ਪੁਲ ਹੋ ਸਕਦੇ ਸੀ, ਵੀ ਚਾਰੇ ਪਾਸੇ ਤੋਂ ਪੁਲ ਲਾ ਦਿੱਤੇ ਜਾਣ, ਪਰ ਮਹਾਰਾਜ ਨੂੰ ਪਤਾ ਸੀ ਬਈ ਇਹ ਨਾ ਹੋਵੇ ਮੈਂ ਚਾਰ ਪਾਸਿਓ ਪੁਲ ਲਾ ਦਿਆਂ ਨਾ, ਅਤੇ ਕੱਲ੍ਹ ਨੂੰ ਲੋਕ ਆਪੋ ਆਪਣੇ ਪੁਲ ਹੀ ਨਾ ਵੰਡ ਲੈਣ, ਬਈ ਇਹ ਕਿਤੇ ਬਾਹਮਣ ਦਾ ਪੁਲ, ਖੱਤਰੀ ਦਾ, ਵੈਸ਼ ਸ਼ੂਦਰ ਦਾ ਪੁਲ। ਸਤਿਗੁਰੂ ਨੇ ਚਾਰੇ ਪਾਸਿਓ ਦੇ ਪੁਲ ਵਾਹਿਗੁਰੂ ਦਰਵਾਜ਼ੇ ਰੱਖਤੇ, ਪਰ ਅੰਦਰ ਆਉਣ ਲਈ ਤੁਸੀਂ ਵੇਖੋ ਦਰਸ਼ਨੀ ਡਿਊੜੀ ਇੱਕ ਹੈ। ਇਹ ਸਾਰਿਆਂ ਨੂੰ ਇੱਕ ਸੂਤਰ ਦੇ ਵਿੱਚ, ਇੱਕ ਸਾਰਤਾ ਦੇ ਵਿੱਚ ਲਿਆਉਣ ਵਾਸਤੇ ਨਾ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਆ ਤੁਹਾਡੇ ਸਾਹਮਣੇ ਪ੍ਰੈਕਟੀਕਲੀ ਤੁਹਾਨੂੰ ਕਰਕੇ ਹਰਿਮੰਦਰ ਸਾਹਿਬ ਦੱਸ ਦਿੱਤਾ। ਇਸੇ ਤਰ੍ਹਾਂ ਗੁਰੂ ਸਾਹਿਬ ਨੇ, ਤੁਸੀਂ ਗੁਰੂ ਅੰਗਦ ਸਾਹਿਬ ਦੇ ਜੀਵਨ ਦੇ ਵਿੱਚੋਂ ਪੜ੍ਹੋ, ਗੁਰੂ ਅਮਰਦਾਸ ਮਹਾਰਾਜ ਦੇ ਜੀਵਨ 'ਚੋਂ ਪੜ੍ਹੋ, ਸਟੈਪ ਬਾਏ ਸਟੈਪ ਇਸ ਸਿਸਟਮ ਨੂੰ ਗੁਰੂ ਸਾਹਿਬ ਨੇ ਖਤਮ ਕੀਤਾ ਬਈ ਇਸ ਜਾਤ ਪਾਤ ਦੇ ਸਿਸਟਮ ਨੂੰ ਮੈਂ ਦੁਨੀਆ 'ਚ ਖਤਮ ਕਰ ਦਿਆਂਗਾ। ਅਤੇ ਸਮਾਂ ਗੁਰੂ ਤੇਗ ਬਹਾਦਰ ਮਹਾਰਾਜ ਦਾ ਆਉਂਦਾ। ਹੁਣ ਇਸੇ ਵਿਤਕਰੇ ਨੂੰ ਖਤਮ ਕਰਨ ਵਾਸਤੇ ਤੁਸੀਂ ਵੇਖੋ, ਗੈਰ ਧਰਮ ਦੇ ਉੱਤੇ ਔਖੀ ਪੀੜਤਾ ਬਣਦੀ, ਪਰ ਇਹ ਇੱਕ ਜਿਹੜਾ ਕੰਸੈਪਟ, ਹੁਣ ਇੱਥੇ ਇੱਕ ਚੀਜ਼ ਹੋਰ ਕਲੀਅਰ ਹੋ ਜਾਂਦੀ ਹੈ। ਪਹਿਲੇ ਜਾਮੇ ਤੋਂ ਗੁਰੂ ਮਹਾਰਾਜ ਆਪਣਾ ਸਫ਼ਰ ਹੀ ਇੱਥੋਂ ਸ਼ੁਰੂ ਕਰਦੇ ਨੇ ਕਿ ਮੈਂ ਉਸ ਧਾਗੇ ਨੂੰ ਨਹੀਂ ਮੰਨਦਾ ਜਿਹੜਾ ਹਿੱਸਿਆਂ ਦੇ ਵਿੱਚ ਵੰਡੇ। ਪਰ 9ਵੇਂ ਜਾਮੇ ਦੇ ਵਿੱਚ ਜਦੋਂ ਉਹਨਾਂ ਦਾ ਧਾਗੇ 'ਤੇ ਖਤਰਾ ਬਣਦਾ, ਅਤੇ ਗੁਰੂ ਸਾਹਿਬ ਇਹ ਵੀ ਕਹਿੰਦੇ ਨੇ ਬੇਸ਼ੱਕ ਤੁਹਾਡੇ 'ਤੇ ਖਤਰਾ ਬਣਿਆ, ਪਰ ਮੈਂ ਆਪਣਾ ਫਰਜ਼ ਨਿਭਾਉਣ ਵਾਸਤੇ ਦਿੱਲੀ ਦੇ ਵਿੱਚ ਜਾ ਕੇ ਆਪ ਸ਼ਹੀਦ ਹੋ ਜਾਵਾਂਗਾ। ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਮਾਂ ਆਇਆ। ਹੁਣ ਇਹ ਸਟੈਪ ਬਾਏ ਸਟੈਪ ਜਿਹੜੀ ਇਹ ਜਾਤ ਪਾਤ ਵਿਤਕਰਾ ਜਦੋਂ ਗੁਰੂ ਸਾਹਿਬ ਖਤਮ ਕਰਦੇ ਕਰਦੇ 10ਵੇਂ ਜਾਮੇ 'ਚ ਪਹੁੰਚੇ ਨਾ, ਅਤੇ ਗੁਰੂ ਸਾਹਿਬ ਕਹਿੰਦੇ ਅੱਜ ਮੈਂ ਫਾਈਨਲੀ ਖਤਮ ਕਰ ਦੇਣਾ ਸਭ ਕੁਛ।
सतगुरु ने सब कुछ खत्म करने वास्ते ना बाटा तैयार कर दिता, एक बाटा। और वो जो बाटा तैयार किया ना, तो तुहानू पता है उच्ची जात के लोगों ने उत्थे आके पहाड़ी राजे ने गल कही सी कि तुसी सानू चेते नहीं किया, तुसी सानू नहीं बुलाया, पर तुसी अमृत छकाया। महाराज कहिंदे मैनूं तुहाडा चेता भुल गया। चेता भुलण तो बाद भी जिहड़ा सिस्टम च तुसी समाज नूं लैके तुर रहे हो ना, मैं इस चीज़ नूं नहीं मानता। हुण उन्होंने एक गल की, कहिंदे जे तुसी सानू सद्या हुंदा ना, इहनां दी तुहानूं लोड़ ही नहीं सी, असीं तां शुरू तों लड़न वाले हां, असीं तां शुरू तों मैदाने जंग विच जूझण वाले हां। तो सतगुरु सच्चे पातशाह ने कहा सी, फिर मैं इहनां दे विच्चों ही इहो जिहे योधे पैदा कर देंगा। और तुसी वेखो 1699 दे विच गुरु साहब ने किदां दी कला वरताती। एक पिंड दे विच जे अलग अलग जात बरादरी दे लोकी रह के जिहड़े एक दूजे दे पछावें तों नफरत करदे सी ना, अज किन्ना प्यार गुरु पातशाह ने पाता। एक लाहौर दा रहण वाला, एक जगन्नाथपुरी दा रहण वाला, एक हस्तिनापुर दा रहण वाला। तो सतगुरु सच्चे पातशाह ने सारयां नूं जदों एक वस्त्र पवाए ना, तो बाद च एक गल कहती, कहिंदे चलो सारे इस बाटे दे नाल मूंह लाओ। ये कदे होया तुसीं वैसे घर विच नोट करिया, जे एक गिलास होवे ना ते तुहाडे दो बच्चे होण, बहुती वार दो बच्चे एक गिलास च पानी नहीं पीते, कहिंदे मैं नहीं पींदा इह झूठा। पर किन्नी वड्डी इस संसार नूं एक इस वर्ण वंड नूं खत्म करन लई एग्जाम्पल है भी गुरु पातशाह ने दुनिया के कोने कोने के लोगों नूं, हुण इत्थों तक इतिहासकार कई लिखते हैं भी 80,000 दे करीब कट सी, कई 60,000 लिखते हैं, कोई भी किन्ना भी होवे, इन्ने लोगों के एक बर्तन के नाल मूँह। एक कोई छोटी मोटी बात है भी एक बर्तन के नाल उन्होंने मूँह लवा देना। और इत्थे ही नहीं, उन्हों का मूँह लवा के ना गुरु पातशाह कहिंदे हुण मैं भी यह बाटा तुहाडे नाल सांझा करना। पहला तुसी आपस दे विच वितकरा खत्म किया, हुण मैं गुरु ते चेले दा जिहड़ा रिश्ता है ना इहनूं टोटली विच्चों खत्म कर देंगा। सतगुरु ने फाइनली इस नूं 1699 दे विच खत्म कर दिता, एकदम जात पात सिस्टम नूं खत्म करके। ते महाराज ने हुण वेख्या बई ये लोकी ते तैयार हो गए ने, पर हुण इहनां दे अंदर जिहड़े पुराने समें दीआं वो चीज़ां, वो त्यौहार, वो वर्ण वंड कुट कुट के भर दित्ती गई है, इनू मैं खत्म करने के वास्ते ना इनू इन दे विचों कढ़ना है। तो सतगुरु ने इनू एक नवा रूप दे दिता। लोग होली बनाते सी, सतगुरु ने नाम दे दिता होला महला। होला हुंदा है हमला, महला हुंदा है मल मारन। ये की सी बई आनंदपुर दे विच गुरु महाराज ने सदे भेज दिते बई होली वाले दिन हर साल उत्थे 3-4 दिन का जिहड़ा वो मेला लवज, वैसे उन्होंने मेला देता जोड़ मेला। उहदे विच की हुंदा सी भी समागम होने ते उस समागमां तों बाद गुरु महाराज ने ना उत्थे जिहड़े निहंग सिंह जथेबंदियां सूरबीर योधे इन्हां सारिआं योधिआं दे कोलों इन्हां दे ग्रुप बना के ना टीमां बना के ते जंगी अभ्यास करवाउणे, तां कि गुरु महाराज ने उन्हां दी अटैंशन इधर डाइवर्ट करती भी जिन्ना जोर तुसीं आ पुठे कम्मां ते पाउंदे हो एक दूजे ते रंग सुट सुट के, ते क्यों ना तुहाडा मैं जिहड़ी चीज़ दी लोड़ है तुसीं वेखो ना बई जिहड़ा आ आ तिहार मनाया जा रिहा, मान लो भी कोई कलों विदेशी हमलावर चढ़ के आ जाए तो क्या रंग सुट के एक दूजे दे नाल असी क्या उन्होंने सामने टिक सकते हैं जा बई उहदा नाल लड़ सकते हैं। सतगुरु ने कहा जिस चीज़ की लोड़ हैगी, विदेशी हमलावर नेता प्रति चढ़ के आते हैं तो तुम लोग हिस्सों के वंडे, और यदा कारण भी यही सी। तुसी वेखो ना जो तुसी राणा सांगा का इतिहास पढ़ो ना, राणा सांगा एक जंग दे विच ना अपने नालों छोटी कास्ट दे हैगे, वह भी राजपूत सी, छोटी कास्ट दे सी, उन्हां दे नालों हार गया। हुण उस समय का एक रूल सी कि जिहड़ा हार जांदा सी उहनूं जितण वाले की हैल्प करनी पैंदी सी। इहने अपनी फौज नूं कहा कि आ जाओ उन्हां दी हैल्प करो, उन्हां दा समान जिहड़ा लोड करवाओ। तो ये सिपाहियां ने यह कह के इनकार करता, कहिंदे भी जिहड़े हारे ने ना वह जिहड़े जिते ने वह साडे कोलों छोटी छोटी जात वाले ने, असी नहीं उहदी हैल्प करनी। बस इस सिस्टम तो इन्हां दी आपस दे विच बगावत शुरू हुई, तो लगभग लगभग 700 साल के करीब हिंदुस्तान नूं गुलाम रहना पिया इस वर्ण वंड के कारण। हुण सतगुरु ने उस वक्त आनंदपुर दे विच इहनूं एक वक्री रंगत दे दित्ती, ये आपस दे विच जंगी अभ्यास कराउणे ते ताकि ये लोग इन्हां दा फिजिकल स्टैंडर्ड भी आपर पे, ते नाल ही नाल ये लोग जिहड़े ने ना ये इन्हां उल्टे त्यौहारां दी थां ते एक नवां जिहड़ा इन्हां दे जीवन दे विच एक नवीनता आ जाए। सो उस दिन गुरु महाराज ने इहदी जिहड़ी है इहदा जन्म दित्ता। ते वैसे इहदी शुरुआत जिहड़ी है ना ये गुरु अंगद साहिब दे समें तों होई सी। तुसीं वेखो ना जदों तुसीं खंडूर साहिब चले जाओ, इस खंडूर साहिब दे विच जाके तुसीं वेखो उत्थे गुरद्वारा साहिब जी गुरद्वारा मल अखाड़ा है की सी। भी जे तुसीं बच्चे ने ना तुहाडे बच्चे, इन्हां बच्चियां नूं बचपन दे विच ही इस पासे ला दिओ, इन्हां दीआं खेडां होण, इन्हां दीआं कुश्तियां होण, ताकि इन्हां दा फिजिकली स्टैंडर्ड अप होवे। छेवें पातशाह ने हरिमंदर साहिब दे सामने अकाल तख्त, इत्थे की सी गभरूआं दीआं कुश्तियां होणियां,
ਤਾਂ ਕਿ ਇਹ ਲੋਕ ਜਿਹੜੇ ਨੇ ਨਾ ਆਪਣੀ ਜਵਾਨੀ ਸਾਂਭਣ। ਤੁਸੀਂ ਵੇਖੋ ਨਾ ਅੱਜ ਅਸੀਂ ਸਾਰੇ ਰੋਈ ਜਾ ਰਹੇ ਹਾਂ ਵੀ ਸਾਡੇ ਬੱਚੇ ਨਸ਼ੇੜੀ ਹੋ ਗਏ, ਬੱਚੇ ਨਸ਼ੇੜੀ, ਸਮਾਜ ਨਸ਼ੇੜੀ, ਨਸ਼ੇ ਵਿੱਚ ਪੈ ਗਿਆ। ਨਸ਼ੇ ਤੋਂ ਉੱਤੇ ਸਾਰੇ ਕੱਢਣਾ ਚਾਹੁੰਦੇ ਹਾਂ, ਪਰ ਇੱਕ ਗੱਲ ਚੇਤੇ ਰੱਖਿਓ, ਜੇ ਬੱਚੇ ਦੇ ਹੱਥ ਦੇ ਵਿੱਚ ਕੋਈ ਚੀਜ਼ ਹੋਵੇ ਨਾ, ਮੰਨ ਲਓ ਉਹਨੇ ਬੋਲ ਫੜੀ ਹੋਵੇ, ਅਤੇ ਤੁਸੀਂ ਉਹਦੇ ਹੱਥ 'ਚੋਂ ਜੇ ਬਾਲ ਛੁਡਾਉਣੀ ਹੈ ਤਾਂ ਇਹਦੇ ਲਈ ਜ਼ਰੂਰੀ ਹੈ ਉਹਦੇ ਹੱਥ ਦੇ ਵਿੱਚ ਕੋਈ ਹੋਰ ਚੀਜ਼ ਫੜਾਈ ਜਾਏ। ਸਿਆਣੇ ਮਾਂ ਬਾਪ ਕੀ ਕਰਦੇ ਨੇ, ਜੇ ਉਹਦੇ ਹੱਥ 'ਚੋਂ ਉਹ ਪਹਿਲੀ ਚੀਜ਼ ਛੁਡਾਉਣੀ ਹੈ ਨਾ, ਤਾਂ ਦੂਜੀ ਉਹਦੇ ਹੱਥ 'ਚ ਦੇਣੀ ਪਵੇਗੀ। ਜੇ ਅੱਜ ਤੁਸੀਂ ਚਾਹੁੰਦੇ ਹੋ ਤੁਹਾਡੇ ਬੱਚੇ ਇਹਨਾਂ ਨਸ਼ਿਆਂ ਤੋਂ, ਇਹਨਾਂ ਚੀਜ਼ਾਂ ਤੋਂ ਬਚਣ, ਤਾਂ ਉਹਨਾਂ ਦੇ ਹੱਥ 'ਚ ਤਾਂ ਫੜਾਓ ਕੁਛ। ਜੇ ਗੁਰੂ ਸਾਹਿਬ ਨੇ ਪੁਰਾਣੇ ਸਮਿਆਂ ਦੇ ਵਿੱਚ ਗੁਰਦੁਆਰਿਆਂ ਦੇ ਨਾਲ ਮਲ ਖਾੜੇ, ਗੁਰਦੁਆਰਿਆਂ ਦੇ ਨਾਲ ਆਹੋ, ਤੁਸੀਂ ਵੇਖੋ ਅੱਜ ਜਾ ਕੇ ਹੋਸਪਿਟਲ ਜਿਹੜੀ ਡਿਸਪੈਂਸਰੀਆਂ ਨੇ ਨਾ, ਇਹ ਗੁਰੂ ਘਰ ਦੇ ਨਾਲ ਜ਼ਰੂਰੀ ਸੀ, ਕੰਪਲਸਰੀ ਸੀ। ਤਾਂ ਕਿ ਗੁਰਦੁਆਰੇ ਦਾ ਕਨਸੈਪਟ ਹੀ ਇਹੀ ਸੀ, ਇਹ ਭੁੱਖੇ ਲਈ ਲੰਗਰ ਅਤੇ ਬਿਮਾਰ ਦੇ ਲਈ ਦਵਾਖਾਨਾ, ਗਰੀਬ ਦੇ ਲਈ ਗੋਲ ਕੇ। ਅੱਜ ਇਹ ਸਾਰਾ ਸਿਸਟਮ ਜਿਹੜਾ ਨਾ ਸਾਡੇ ਸਮਾਜ 'ਚੋਂ ਅਲੋਪ ਹੋ ਗਿਆ। ਤੁਸੀਂ ਵੇਖੋ ਉਹਨਾਂ ਸਮਿਆਂ 'ਚ ਗੁਰਦੁਆਰਿਆਂ ਦੇ ਨਾਲ ਮਲ ਖਾੜੇ ਹੁੰਦੇ ਸੀ। ਅੱਜ ਮੈਂ ਨਹੀਂ ਕਹਿੰਦਾ ਵੀ ਮਲ ਖਾੜੇ, ਕਿਉਂਕਿ ਅੱਜ ਨਹੀਂ ਤੁਹਾਡੇ ਬੱਚੇ ਜਾ ਕੇ ਉੱਥੇ ਮਿੱਟੀ ਦੇ ਵਿੱਚ ਕੁਸ਼ਤੀਆਂ ਕਰਨਗੇ, ਨਹੀਂ। ਪਰ ਜਿਹੜੀ ਉਹਨਾਂ ਦੀ ਅੱਜ ਦੀ ਰਿਕੁਆਇਰਮੈਂਟ ਹੈਗੀ, ਤੁਹਾਨੂੰ ਉਹ ਪੂਰੀ ਕਰਨੀ ਪਵੇਗੀ। ਪਰ ਅੱਜ ਸਾਡੀ ਦੌੜ ਹੋਰ ਪਾਸੇ ਜੀ, ਸਾਡੀ ਦੌੜ ਲੱਗ ਗਈ ਹੈ। ਜੇ ਪਹਿਲੇ ਪ੍ਰਧਾਨ ਨੇ ਗੁਰਦੁਆਰਾ ਇੱਕ ਮੰਜ਼ਿਲ ਬਣਾਇਆ, ਮੈਂ ਦੋ ਮੰਜ਼ਿਲ ਬਣਾ ਦਿਆਂਗਾ, ਵੱਧ ਤੋਂ ਵੱਧ ਮੇਰੇ ਕੋਲ ਹੋਇਆ ਇਹਦੇ ਉੱਤੇ ਗੁੰਟੀ ਹੋਰ ਸੋਹਣੀ ਬਣਾ ਦਿਆਂਗਾ। ਪਰ ਅੱਜ ਕਿੰਨੇ ਤੁਹਾਡੇ ਕੋਲ ਉਂਗਲੀਆਂ 'ਤੇ, 33,000 ਗੁਰਦੁਆਰੇ ਨੇ ਸਿੱਖਾਂ ਦੇ ਪੂਰੇ ਵਰਲਡ ਵਿੱਚ, 33,000 ਕਿੰਨੇ ਗੁਰਦੁਆਰੇ ਤੁਹਾਡੇ ਕੋਲ ਇੰਨਾ ਦੇ ਨੇ ਜਿਨ੍ਹਾਂ ਗੁਰਦੁਆਰਿਆਂ ਦੇ ਨਾਲ ਜਿੰਮ ਹੈਗੀਆਂ ਨੇ। ਤੁਹਾਡੇ ਬੱਚਿਆਂ ਨੂੰ ਅੱਜ ਜਿੰਮ ਚਾਹੀਦੇ ਜਾਂਦੇ ਨੇ, ਤੁਹਾਡੇ ਬਹੁਤ ਬੱਚੇ ਸਵੇਰੇ ਤੁਸੀਂ ਆ ਵੇਖੋ ਨਾ, ਬੜੇ ਬੱਚੇ ਤੁਹਾਡੇ ਜਿੰਮ ਜਾਂਦੇ ਨੇ ਸਵੇਰੇ 5-5, 100-1,000 ਰੁਪਈਆ ਦੇ ਕੇ। ਅਤੇ ਜਿੰਨੀ ਦੌੜ ਸਾਡੀ ਉਸ ਪਾਸੇ ਹੋਏ, ਤੁਹਾਨੂੰ ਨਹੀਂ ਲੱਗਦਾ ਜਦੋਂ ਗੁਰਦੁਆਰਿਆਂ ਦੇ ਨਾਲ ਤੁਸੀਂ ਮਲ ਖਾੜਿਆਂ ਦੀ ਥਾਂ 'ਤੇ ਤੁਸੀਂ ਜਿੰਮ ਬਣਾ ਦਿਓਗੇ, ਨਹੀਂ ਲੱਗਦਾ ਤੁਹਾਡੇ ਬੱਚੇ ਔਰ ਜਿਹੜਾ ਬੱਚਾ ਜਿੰਮ ਜਾਏਗਾ ਨਾ, ਉਹ ਬੱਚਾ ਤੁਹਾਡਾ ਅਲਟੀਮੇਟਲੀ ਇਸ ਨਸ਼ੇ ਤੋਂ ਬਚ ਜਾਏਗਾ। ਪਰ ਕਿੰਨੇ ਗੁਰਦੁਆਰਿਆਂ ਦੇ ਨਾਲ ਅਸੀਂ ਜਿੰਮ ਬਣਾਈ ਅੱਜ ਤੱਕ, ਕਿੰਨੇ ਇਹੋ ਜਿਹੇ ਗੁਰਦੁਆਰੇ ਨੇ ਜਿਨ੍ਹਾਂ ਗੁਰਦੁਆਰਿਆਂ ਦੇ ਨਾਲ ਡਿਸਪੈਂਸਰੀਆਂ ਬਣਾਈਆਂ ਨੇ। ਅਸੀਂ ਡਿਸਪੈਂਸਰੀ ਛੱਡੋ, ਤੁਸੀਂ ਫਸਟ ਏਡ ਦਾ ਬੰਦੋਬਸਤ ਕਿੰਨੇ ਗੁਰਦੁਆਰਿਆਂ ਕੋਲ ਹੈ ਬਈ, ਕੋਈ ਹਾਦਸਾ ਨੈਚੁਰਲੀ ਹੋ ਜਾਏ ਵੀ ਫਸਟ ਏਡ 'ਤੇ ਘੱਟੋ ਘੱਟ ਗੁਰਦੁਆਰੇ 'ਚੋਂ ਮਿਲੇ। ਇਹ ਸਾਰੀਆਂ ਸਾਡੀ ਦੌੜ ਹੋਰ ਪਾਸੇ ਲੱਗ ਗਈ। ਤੁਸੀਂ ਵੇਖੋ ਨਾ ਜਦੋਂ ਹੋਲੇ ਮਹੱਲੇ ਦੀ ਬਾਤ ਆਉਂਦੀ ਹੈ, ਵਹੀਰਾਂ ਕੱਤ ਕੇ ਲੋਕ ਅਨੰਦਪੁਰ ਸਾਹਿਬ ਪਹੁੰਚਦੇ ਨੇ, ਚੰਗੀ ਗੱਲ ਹੈ, ਉੱਥੇ ਪਹੁੰਚਿਆ ਜਾਏ, ਉਹ ਤਿਆਰ ਨੂੰ ਬਣਾਇਆ ਜਾਏ। ਪਰ ਉਹਦੇ ਵਿੱਚ ਜਿਹੜੀ ਹੈ ਨਾ, ਇੱਕ ਚੀਜ਼ ਨੋਟ ਕਰਿਓ, ਅਸੀਂ ਚੱਪੇ ਚੱਪੇ 'ਤੇ 5-5 ਕਿਲੋਮੀਟਰ, 7-7 ਕਿਲੋਮੀਟਰ 'ਤੇ ਲੰਗਰ ਲਾਏ ਹੁੰਦੇ ਨੇ। ਚਲੋ ਮੈਂ ਲੰਗਰ 'ਤੇ ਵਿਰੋਧੀ ਨਹੀਂ, ਲੰਗਰ ਵੀ ਤਾਂ ਲੰਗਣਾ, ਗੁਰੂ ਨਾਨਕ ਸਾਹਿਬ ਤੋਂ ਚੱਲਿਆ ਆ ਰਿਹਾ। ਪਰ ਕਿੰਨੇ ਇਹੋ ਜਿਹੇ ਲੰਗਰ ਮੈਨੂੰ ਰਾਹ 'ਚ ਦੱਸੋਗੇ ਵੀ ਕਿਤੇ ਉੱਥੇ ਤੁਹਾਡਾ ਕੋਈ ਸਟਾਲ ਕਿਤਾਬਾਂ ਦਾ ਲੱਗਾ ਹੋਵੇ, ਬਈ ਆਉਂਦਿਆਂ ਤੁਹਾਡੇ ਬੱਚੇ ਉੱਥੋਂ ਕੋਈ ਕਿਤਾਬ ਲੈ ਕੇ ਆ ਜਾਣ, ਆਉਂਦਿਆਂ ਤੁਹਾਡੇ ਬੱਚੇ ਕਿਤਾਬ ਪੜ੍ਹਨ, ਕਿਤਾਬਾਂ ਦਾ ਲੰਗਰ ਲੱਗਾ ਹੋਵੇ। ਪਰ ਜਿਹੜੀਆਂ ਜਿਉਂਦੀਆਂ ਕੌਮਾਂ ਹੁੰਦੀਆਂ ਨੇ ਨਾ, ਮੈਂ ਇੱਕ ਘਟਨਾ ਸਾਂਝ ਕਰਾਂ। ਇੱਕ ਈਸਾਈ ਧਰਮ ਦੀਆਂ ਦੋ ਔਰਤਾਂ ਜਿਹੜੀਆਂ ਨੇ ਨਾ, ਉਹ ਪੰਜਾਬ ਦੇ ਕਿਸੇ ਪਿੰਡ ਦੇ ਵਿੱਚ ਜਾਂਦੀਆਂ ਨੇ, ਅਤੇ ਉਹਨਾਂ ਦੇ ਕੋਲ ਆਪਣੇ ਧਰਮ ਦੀਆਂ ਉਹ ਕਿਤਾਬਾਂ ਹੁੰਦੀਆਂ ਨੇ, ਉਹ ਲੈ ਕੇ ਜਾਂਦੀਆਂ ਨੇ। ਇੱਕ ਬਜ਼ੁਰਗ ਮਾਤਾ ਸੀ 70-80 ਸਾਲ ਦੀ, ਉਹ ਕਹਿੰਦੀਆਂ ਮਾਂ ਇਹਨੂੰ ਤੂੰ ਰੱਖ ਲੈ। ਉਹ ਅੱਗੋਂ ਕਹਿੰਦੀ ਹੈ, ਕਹਿੰਦੀ ਬੇਟਾ ਮੈਂ ਅਨਪੜ੍ਹ ਹੈਗੀ, ਮੈਨੂੰ ਤਾਂ ਪੜ੍ਹਨਾ ਨਹੀਂ ਆਉਂਦਾ, ਮੈਂ ਕੀ ਕਰਾਂਗੀ ਇਹਨੂੰ ਰੱਖ ਕੇ। ਉਹ ਕਹਿੰਦੀ ਮਾਂ ਕੋਈ ਗੱਲ ਨਹੀਂ, ਜੇ ਤੈਨੂੰ ਪੜ੍ਹਨਾ ਨਹੀਂ ਆਉਂਦਾ ਘਰ ਵਿੱਚ ਰੱਖ ਦੇ, ਕੱਲ੍ਹ ਨੂੰ ਤੇਰਾ ਕੋਈ ਪੁੱਤਰ ਕੋਈ ਪੋਤਰਾ ਪੜ੍ਹ ਲਵੇਗਾ। ਉਹ ਇੱਕ ਗੱਲ ਕਹਿੰਦੀ ਹੈ, ਕਹਿੰਦੀ ਮੇਰੇ ਘਰ 'ਚ ਹੈ ਹੀ ਕੋਈ ਨਹੀਂ, ਮੇਰੇ ਬੱਚੇ ਤਾਂ ਸਾਰੇ ਬਾਹਰ ਨੇ, ਮੇਰੇ ਘਰ 'ਚ ਹੈ ਹੀ ਕੋਈ ਨਹੀਂ। ਉਹ ਕਹਿੰਦੇ ਫਿਰ ਕੋਈ ਗੱਲ ਨਹੀਂ, ਤੂੰ ਫਿਰ ਵੀ ਘਰ 'ਚ ਰੱਖ ਦੇ, ਕੋਈ ਆਇਆ ਜਾਇਆ ਪੜ੍ਹ ਲਏਗਾ। ਉਹਨੇ ਇੱਕ ਬੜੇ ਕਮਾਲ ਦੀ ਗੱਲ ਕਹੀ, ਉਹ ਮਾਂ ਕਹਿੰਦੀ ਦਰਅਸਲ ਮੇਰੇ ਘਰ ਦੇ ਵਿੱਚ ਚੂਹੇ ਬਹੁਤ ਨੇ, ਚੂਹੇ ਬਹੁਤ ਨੇ, ਅਤੇ ਇਹ ਨਾ ਹੋਵੇ ਵੀ ਕੱਲ੍ਹ ਨੂੰ ਕੋਈ ਚੂਹਾ ਇਹ ਤੁਹਾਡੀ ਕਿਤਾਬ ਲੈ ਕੇ ਆਪਣੀ ਰੋਡ 'ਚ ਚਲੀ ਜਾਏ, ਮੇਰੇ ਮਕਾਨ ਦੀ ਨੀਹਾਂ 'ਚ ਵੜ ਜਾਏ। ਇਹ ਤੁਹਾਡੇ ਧਰਮ ਦੀ ਧਾਰਮਿਕ ਕਿਤਾਬ ਹੈ, ਅਤੇ ਮੈਂ ਨਹੀਂ ਚਾਹੁੰਦੀ ਬਈ ਇਸ ਕਿਤਾਬ ਦੀ ਜਿਹੜੀ ਹੈ ਬੇਅਬਦੀ ਹੋਵੇ। ਅਤੇ ਅੱਗੋਂ ਉਹਨਾਂ ਈਸਾਈ ਔਰਤਾਂ ਦਾ ਜਵਾਬ ਸੀ, ਕਹਿੰਦੇ ਮਾਂ ਅਸੀਂ ਤਾਂ ਚਾਹੁੰਦੇ ਹਾਂ ਤੇਰੇ ਘਰ 'ਚ ਚੂਹੇ ਹੋਣ ਅਤੇ ਸਾਡੀਆਂ ਕਿਤਾਬਾਂ ਤੇਰੇ ਘਰ ਦੀਆਂ ਨੀਹਾਂ ਦੇ ਵਿੱਚ ਲੈ ਜਾਣ। ਜੇ ਅੱਜ ਨੂੰ ਸਾਡੇ ਧਰਮ ਦੀ ਕਿਤਾਬ ਤੇਰੇ ਘਰ ਦੀ ਨੀਹਾਂ 'ਚ ਕੋਈ ਚੂਹਾ ਲੈ ਜਾਏਗਾ ਨਾ, ਕੱਲ੍ਹ 100 ਸਾਲ ਬਾਅਦ ਜਦੋਂ ਤੇਰੇ ਘਰ ਦੀ ਖੁਦਾਈ ਹੋਵੇਗੀ, ਜੇ 100 ਸਾਲ ਬਾਅਦ ਵੀ ਤੇਰੇ ਘਰ 'ਚੋਂ ਸਾਡੇ ਧਰਮ ਦੀਆਂ ਕਿਤਾਬਾਂ ਮਿਲੀਆਂ ਨਾ, ਤਾਂ 100 ਸਾਲ ਬਾਅਦ ਵੀ ਤੇਰੇ ਬੱਚਿਆਂ ਨੂੰ ਇਹ ਗੱਲ ਮੰਨਣੀ ਪੈਣੀ ਹੈ ਕਿ ਸਾਡੇ ਬਜ਼ੁਰਗ ਜਿਹੜੇ ਨੇ ਈਸਾਈ ਧਰਮ ਨਾਲ ਸੰਬੰਧਿਤ ਸਨ। ਇਹ ਉਹਨਾਂ ਲੋਕਾਂ ਦੀ ਸੋਚ ਹੈ, ਪਰ ਸਾਡੀ ਸੋਚ ਇਸ ਪਾਸੇ ਬਹੁਤ ਘਟੀ। ਇਸੇ ਕਰਕੇ ਨਾ ਕੋਈ ਸਾਡੇ ਕੋਲ ਇਹੋ ਜਿਹੇ ਸਪੋਰਟਸ ਦੇ ਫੀਲਡ ਦੇ ਵਿੱਚ ਕੋਈ ਬੰਦੋਬਸਤ ਗੁਰੂ ਘਰਾਂ ਦੇ ਵਿੱਚ ਹੋ ਸਕਿਆ, ਨਾ ਬੰਦੋਬਸਤ ਕੋਈ ਮੈਡੀਕਲੀ ਫੈਸਿਲਿਟੀਆਂ ਇੰਨੀਆਂ ਵਧੀਆ। ਤੁਸੀਂ ਵੇਖੋ ਨਾ ਦੁਨੀਆਂ ਦੇ ਲੋਕਾਂ ਨੇ ਈਸਾਈ ਧਰਮ ਦੇ ਵਿੱਚ ਲੋਕ ਦੋ ਚੀਜ਼ਾਂ ਨੂੰ ਪ੍ਰੈਫਰੈਂਸ ਦਿੰਦੇ ਨੇ, ਸਭ ਤੋਂ ਪਹਿਲਾਂ ਉਹਨਾਂ ਦੇ ਕੋਲ ਸਕੂਲ, ਦੂਜਾ ਨੰਬਰ ਉਹਨਾਂ ਦੇ ਕੋਲ ਹੋਸਪਿਟਲ। ਔਰ ਜਿਹੜੇ ਉਹਨਾਂ ਦੇ ਚੰਗੇ ਰੈਂਕ ਦੇ ਉੱਤੋਂ ਰਿਟਾਇਰਡ ਹੋ ਕੇ ਆਉਂਦੇ ਨੇ ਨਾ, ਉਹ ਲੋਕ ਉਹਨਾਂ ਦੇ IAS ਆਫਿਸਰ ਜਿਹੜੇ ਰਿਟਾਇਰ ਹੁੰਦੇ ਨੇ ਉਹ ਕੀ ਕਰਦੇ ਨੇ, ਉਹ ਆ ਕੇ ਫਿਰ ਧਰਮ ਦਾ ਪ੍ਰਚਾਰ ਕਰਦੇ ਨੇ। ਜਿਹੜਾ ਸਕੂਲ ਦੇ ਵਿੱਚ ਕਿਸੇ ਚੰਗੇ ਅਹੁਦੇ 'ਚੋਂ ਰਿਟਾਇਰ ਹੋਇਆ ਉਹ ਐਜੂਕੇਸ਼ਨ ਦੇ ਫੀਲਡ 'ਚ ਆ ਜਾਂਦਾ, ਜਿਹੜਾ ਮੈਡੀਕਲ ਦਾ ਉਹ ਮੈਡੀਕਲ ਦੇ ਫੀਲਡ 'ਚ ਆ ਜਾਂਦਾ,
ਅਤੇ ਸਾਡੇ ਕੋਲ ਵੀ ਤਾਂ ਚੰਗੇ ਅਹੁਦਿਆਂ ਵਾਲੇ ਨੇ, ਪਰ ਸਾਡੇ ਚੰਗੇ ਅਹੁਦੇ 'ਚ ਜਦੋਂ ਕੋਈ ਰਿਟਾਇਰ ਹੁੰਦਾ ਨਾ, ਉਹ ਵੱਧ ਤੋਂ ਵੱਧ ਇੱਕ ਕੁੱਤਾ ਰੱਖ ਲਿਆ ਪਊਗਾ, ਸ਼ਾਮ ਸਵੇਰੇ ਕੁੱਤੇ ਨੂੰ ਸੈਰ ਕਰਾਈ ਦਿੰਦਾ। ਇਸ ਕਰਕੇ ਲੋੜ ਹੈ ਅੱਜ ਸਤਸੰਗਤ ਇਸ ਹੋਲੇ ਮਹੱਲੇ ਦੇ ਤਿਉਹਾਰ ਸਮੇਂ 'ਤੇ ਇੱਕ ਨਵੀਨਤਾ ਜੇ ਗੁਰੂ ਪਾਤਸ਼ਾਹ ਨੇ ਲਿਆਉਂਦੀ ਤਾਂ ਸਾਡੇ 'ਚ ਵੀ ਨਵੀਨਤਾ ਆਵੇ, ਜਿਹਦਾ ਜਿਸ ਪਾਸੇ ਰੁਝਾਨ ਹੈ। ਜਿਹੜੇ ਸਾਡੇ ਅੱਜ ਦੇ ਪੜ੍ਹੇ ਲਿਖੇ ਬੱਚੇ ਨੇ ਨਾ, ਨੈੱਟ ਇੰਟਰਨੈੱਟ ਨਾਲ ਵਿਵਸਥਾ ਨੇ, ਇਹ ਉਸ ਢੰਗ ਨਾਲ ਧਰਮ ਦਾ ਪ੍ਰਚਾਰ ਕਰਨ, ਵਧੀਆ ਵਧੀਆ ਸਾਡੀਆਂ ਪੁਰਾਤਨ ਸਰੋਤ ਉਹਨਾਂ ਦੀਆਂ PDF ਬਣਾ ਕੇ ਤੁਸੀਂ ਨੈੱਟ 'ਤੇ ਲੋਡ ਕਰ ਦਿਓ। ਜਿਹਨੂੰ ਕੰਪਿਊਟਰ ਆਉਂਦਾ ਹੈ, ਗੁਰੂ ਘਰ ਦੇ ਨਾਲ ਜਿਹੜਾ ਹੈ ਕੰਪਿਊਟਰ ਸੈਕਸ਼ਨ ਹੋਵੇ, ਉੱਥੇ ਕੰਪਿਊਟਰ ਸੈਂਟਰ ਦੇ ਵਿੱਚ ਸਾਡੇ ਬੱਚਿਆਂ ਨੂੰ ਫ੍ਰੀ ਕੰਪਿਊਟਰ ਸਿਖਾਇਆ ਜਾਏ, ਤਾਂ ਕਿ ਸਿੱਖ ਹਰ ਇੱਕ ਬੱਚਾ ਕੰਪਿਊਟਰ ਸਿੱਖੇ। ਜਿਮ ਤੁਹਾਡੇ ਗੁਰਦੁਆਰੇ ਵਿੱਚ ਹੋਵੇ, ਦਵਾਖਾਨਾ ਤੁਹਾਡੇ ਗੁਰਦੁਆਰੇ ਦੇ ਵਿੱਚ ਹੋਵੇ, ਫਿਰ ਉਹ ਗੁਰਦੁਆਰੇ ਜਿਹੜੇ ਨੇ ਨਾ ਮੁਬਾਰਕ ਨੇ। ਕਿੰਨੇ ਉਹਨਾਂ ਦੇ ਹੋਸਪਿਟਲ ਕ੍ਰਿਸ਼ਨਾ ਦੇ ਇੱਦਾਂ ਦੇ ਨੇ ਜਿੱਥੇ ਤਰਸਦੇ ਹਾਂ ਅਸੀਂ ਜਾ ਕੇ ਵੀ ਸਾਨੂੰ ਕਿਤੇ ਇੱਥੇ ਆਪਣਾ ਟ੍ਰੀਟਮੈਂਟ ਕਰਾਉਣ ਦਾ ਮੌਕਾ ਮਿਲ ਜਾਏ। ਪਰ ਜਦੋਂ ਗੱਲ ਆਉਂਦੀ ਹੈ ਇਕਾਨਮੀ ਦੀ, ਸਰਮਾਇਆ, ਅਤੇ ਜਿੰਨਾ ਬਜਟ ਸਿੱਖਾਂ ਦੇ ਕੋਲ ਹੈ ਨਾ, ਸ਼ਾਇਦ ਦੁਨੀਆਂ ਦੇ ਵਿੱਚ ਹੋਰ ਕਿਸੇ ਕੌਮ ਦਾ ਬਜਟ ਇੰਨਾ ਹੋਵੇ, ਕਿੰਨਾ ਵਾਸਟ ਬਜਟ ਹੈਗਾ ਸਾਡਾ। ਪਰ ਸਾਡੀ ਦੌੜ ਜਿਹੜੀ ਹੈ ਨਾ, ਉਲਟੇ ਪਾਸੇ ਲੱਗ ਜਾਂਦੀ। ਸਾਡਾ ਹੱਦ ਬੰਨੇ ਦਾ, ਮੈਂ ਮੁਨੱਕਰ ਨਹੀਂ ਹੈਗਾ ਲੱਗੇ, ਪਰ ਸਾਡਾ ਹੱਦ ਬੰਨੇ ਦਾ ਪੈਸਾ ਜਿਹੜਾ ਹੈ ਨਾ, ਉਹ ਪਤਾ ਕਿੱਥੇ ਲੱਗ ਜਾਏਗਾ? ਵੱਧ ਤੋਂ ਵੱਧ ਸਾਡਾ ਲੱਗ ਜਾਏਗਾ ਬਈ ਤੁਸੀਂ ਲੰਗਰ ਲਾ ਦਿਓ, ਕਿਤੇ ਸੋਨੇ ਚੜ੍ਹਾ ਦਿਓ, ਵੱਧ ਤੋਂ ਵੱਧ ਰਮਾਲਿਆਂ 'ਤੇ ਵੱਧ ਤੋਂ ਵੱਧ ਲੱਗ ਜਾਏਗਾ। ਇਸ ਕਰਕੇ ਗੁਰੂ ਕਿਰਪਾ ਕਰੇ, ਜੇ ਹੋਲਾ ਮਹੱਲਾ ਬਣਾਉਣ ਲੱਗੇ ਹਾਂ ਨਾ, ਇੱਕ ਨਵੀਨਤਾ ਲੈ ਕੇ ਆਈਏ, ਇੱਕ ਨਵੀਂ ਚੀਜ਼ ਲੈ ਕੇ ਆਈਏ ਕਿ ਵੀ ਚੰਗੇ ਪਾਸੇ ਧਰਮ ਨੂੰ ਲੈ ਜਾਈਏ। ਅਸੀਂ ਤਾਂ ਅੱਜ ਮੈਂ ਹੋਲੇ ਮਹੱਲੇ ਵਾਲੇ ਦਿਨ ਵੀ ਵੇਖਦਾ, ਉੱਥੇ ਵੀ ਸਿਰਾਂ ਦੇ ਉੱਤੇ ਦਸਤਾਰਾਂ, ਅਤੇ ਉਹ ਵੀ ਇੱਕ ਦੂਜੇ 'ਤੇ ਰੰਗ ਸੁੱਟੀ ਫਿਰਦੇ ਨੇ। ਇਹ ਕਨਸੈਪਟ ਨਹੀਂ ਸੀ ਸਿੱਖੀ ਦਾ, ਉਹ ਇੱਕ ਦੂਜੇ 'ਤੇ ਰੰਗ ਸਿੱਟ ਕੇ ਫਿਰੀਏ, ਉੱਥੇ ਵੀ ਅਸੀਂ ਉਹ ਘੋਲ ਘੋਲ ਕੇ ਨਸ਼ਾ ਪੀ ਜਾਈਏ, ਅਤੇ ਇਹ ਬਿਲਕੁਲ ਟੋਟਲੀ ਹੋਲਾ ਮਹੱਲਾ ਨਹੀਂ ਹੈਗਾ, ਇਹ ਟੋਟਲੀ ਗੁਰੂ ਸਾਹਿਬ ਦੇ ਸਿਧਾਂਤ ਤੋਂ ਉਲਟ ਹੈ। ਇਸ ਕਰਕੇ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਰੰਗ ਦਿੱਤਾ ਸੀ ਨਾ, ਕਿ ਹੋਲੀ ਕੀਨੀ ਸੰਤ ਸੇਵ, ਸੰਗਤ ਨੂੰ ਸੇਵ ਕੇ ਹੋਲੀ ਕਰਕੇ, ਅਤੇ ਰੰਗ ਲਾਗਾ ਅਤ ਲਾਲ ਦੇਵ, ਉਹ ਜਿਹੜਾ ਰੰਗ ਚੜ੍ਹਦਾ ਨਾ, ਉਹ ਫਿਰ ਸਾਰੀ ਜ਼ਿੰਦਗੀ ਨਹੀਂ ਉਤਰਦਾ। ਆਹ ਰੰਗ ਤਾਂ ਇੱਕ ਦਿਨ ਚੜ੍ਹਦਾ, ਅਤੇ ਦੂਜੇ ਦਿਨ ਨਹਾਓ ਤਾਂ ਉਹ ਤਾਂ ਫਿਰ ਉਤਰ ਜਾਂਦਾ। ਇਸ ਕਰਕੇ ਗੁਰੂ ਕਿਰਪਾ ਕਰੇ, ਇਸ ਪੱਕੇ ਰੰਗ ਦੇ ਵਿੱਚ ਆਪਣੇ ਆਪ ਨੂੰ ਰੰਗ ਲਈਏ। ਇਹੀ ਅਸਲੀ ਜਿਹੜਾ ਹੋਲਾ ਮਹੱਲਾ, ਇਹੀ ਅਸਲੀ ਗੁਰੂ ਪਾਤਸ਼ਾਹ ਦਾ ਸਿਧਾਂਤ। ਇਤਨੀਆਂ ਵਿਚਾਰਾਂ ਪ੍ਰਵਾਨ, ਭੁੱਲ ਗਲਤੀ ਦੀ ਖਿਮਾ, ਦਿਓ ਸੀਸ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।